ਵਾਹਿਗੁਰੂ ਜੀ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬੀ ਬਾਣੀ ਦਾ ਕੀਰਤਨ ਆਪ ਜੀ ਨੇ ਆਸਾ ਜੀ ਕੀ ਵਾਰ ਦਾ ਗੁਰੂ ਕੇ ਸਿੱਖਾਂ ਨੇ ਸਰਵਣ ਕੀਤਾ ਫਿਰ ਸ੍ਰੀ ਪਾਵਨ ਹੁਕਮਨਾਮਾ ਜੋ ਚੱਲ ਰਹੀ ਲੜੀਵਾਰ ਕਥਾ ਹੈ ਉਹ 52 ਅੱਖਰੀ ਦੇ ਬਾਣੀ ਉਹਦੇ ਵਿੱਚੋਂ ਇੱਕ ਸਲੋਕ ਅਤੇ ਇੱਕ ਪੌੜੀ ਆਪ ਜੀ ਨੇ ਸਰਵਣ ਕੀਤੀ ਭਾਈ ਸਾਹਿਬ ਗੁਰਮੁਖ ਪਿਆਰੇ ਕੀਰਤਨ ਕਰਦੇ ਇੱਕ ਐਸੇ ਰਹੱਸ ਨੂੰ ਇੱਕ ਐਸੇ ਵਿਸ਼ੇ ਨੂੰ ਛੇੜ ਰਹੇ ਸੀ ਵੀ ਸੰਸਾਰ ਦੇ ਵਿੱਚ ਕੋਈ ਰਾਮ ਦਾ ਨਾਮ ਲੈ ਕੇ ਰੱਬ ਨੂੰ ਜਪਦਾ ਹੈ ਕੋਈ ਖੁਦਾ ਦਾ ਨਾਮ ਲੈਂਦਾ ਏ ਕੋਈ ਚਿੱਟੇ ਕੱਪੜੇ ਪਾਉਂਦਾ ਏ ਕੋਈ ਨੀਲੇ ਕੱਪੜੇ ਪਾਉਂਦਾ ਏ ਕੋਈ ਹੱਜ ਜਾਂਦਾ ਏ ਕੋਈ ਤੀਰਥ ਯਾਤਰਾ 'ਤੇ ਜਾਂਦਾ ਏ ਇਹ ਸਾਰੇ ਦਾ ਫਲ ਕੋਈ ਸਵਰਗ ਲੱਭਦਾ ਏ ਕੋਈ ਬਹਿਸ਼ਤ ਲੱਭਦਾ ਏ ਇਹੋ ਜਿਹੀ ਭਾਵਨਾ ਰੱਖ ਕੇ ਲੋਕ ਰੱਬ ਦੀ ਇਬਾਦਤ ਕਰਦੇ ਆਖੋ ਵਾਹਿਗੁਰੂ ਇਹੋ ਜਿਹੀ ਭਾਵਨਾ ਰੱਖ ਕੇ ਕੋਈ ਅੱਲਾਹ ਕਹਿੰਦਾ ਏ ਮੈਂ ਬਹਿਸ਼ਤ ਵਿੱਚ ਜਾਵਾਂ ਇਹੋ ਜਿਹੀ ਭਾਵਨਾ ਰੱਖ ਕੇ ਕੋਈ ਰਾਮ ਕਹਿੰਦਾ ਏ ਮੈਂ ਸਵਰਗ ਵਿੱਚ ਜਾਵਾਂ ਕੋਈ ਨੀਲੇ ਕੱਪੜੇ ਪਾਉਂਦਾ ਏ ਮੇਰੇ ਮਜ਼ਬ ਦੇ ਕੱਪੜੇ ਨੇ ਕੋਈ ਚਿੱਟੇ ਕੱਪੜੇ ਪਾਉਂਦਾ ਏ ਮੇਰੇ ਮਜ਼ਬ ਦੇ ਕੱਪੜੇ ਨੇ ਅੱਜ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਾ ਇਹ ਭੇਦ ਭਰਿਆ ਸ਼ਬਦ ਆਪਾਂ ਵਿਚਾਰੀਏ ਗੁਰੂ ਕਿਰਪਾ ਕਰੇ ਇਸ ਸ਼ਬਦ ਵਿੱਚ ਸਰਕਾਰ ਨੇ ਸਾਰਾ ਨਿਚੋੜ ਸ਼ਬਦ ਦਾ ਕੱਢਿਆ ਵੀ ਕਹੋ ਨਾਨਕ ਜਿਨ ਹੁਕਮ ਪਛਾਤਾ ਜੇ ਰੱਬ ਨੂੰ ਇਬਾਦਤ ਕਰਨ ਵਾਲੇ ਨੇ ਉਹਦੇ ਹੁਕਮ ਨੂੰ ਨਹੀਂ ਪਛਾਣਿਆ ਉਹਦੇ ਹੁਕਮ ਅਨੁਸਾਰ ਚੱਲਿਆ ਨਹੀਂ ਭਾਵੇਂ ਰਾਮ ਬੋਲੇ ਭਾਵੇਂ ਖੁਦਾ ਬੋਲੇ ਭਾਵੇਂ ਪੂਜਾ ਕਰੇ ਭਾਵੇਂ ਸਿਰ ਨਵਾਵੇਂ ਭਾਵੇਂ ਚਿੱਟੇ ਕੱਪੜੇ ਪਾਵੇ ਅਤੇ ਭਾਵੇਂ ਨੀਲੇ ਕੱਪੜੇ ਪਾਵੇ ਜੇ ਹੁਕਮ ਨਹੀਂ ਪਛਾਣਿਆ ਸਿੱਖਾ ਮੈਂ ਤੈਨੂੰ ਬੇਨਤੀ ਕਰਦਾ ਤੈਨੂੰ ਪਤਾ ਹੈ ਤੈਨੂੰ ਹੁਕਮ ਕੀ ਹੈ ਤੇਰੇ ਗੁਰੂ ਦਾ ਆਖੋ ਵਾਹਿਗੁਰੂ ਉੱਚੀ ਬੋਲਿਆ ਕਰੋ ਤੇਰੇ ਗੁਰੂ ਦਾ ਤੈਨੂੰ ਕੀ ਹੁਕਮ ਆ ਤੇਰੇ ਗੁਰੂ ਦਾ ਤੈਨੂੰ ਮੁੱਢਲਾ ਹੁਕਮ ਆ
ਅਤੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਇਹਨੂੰ ਰਿਪੀਟ ਕਰ, ਚੰਗੀ ਤਰ੍ਹਾਂ ਆਪਣੇ ਅੰਦਰ ਦ੍ਰਿੜ ਕਰ। ਤੇਰੇ ਲਈ ਪਹਿਲਾ ਹੁਕਮ, ਅੱਜ ਤੋਂ ਕਈ ਸਾਲ ਪਹਿਲੋਂ ਮੈਂ ਕਈ ਵਾਰ ਕਥਾ 'ਚ ਕਹਿੰਦਾ ਵੀ ਸਾਡੇ ਘਰਾਂ ਦੇ ਵਿੱਚ ਗੁਰੂਆਂ ਦੀਆਂ ਫੋਟੋਆਂ ਘੱਟ ਹੁੰਦੀਆਂ ਸੀ, ਆਖੋ ਏ ਗੁਰੂ। ਹੁਣ ਤਾਂ ਫੋਟੋਆਂ ਗੁਰੂਆਂ ਦੇ ਤੋਂ ਅੱਗੇ ਗੱਲ ਲੰਘ ਗਈ। ਮਹਾਂਪੁਰਸ਼ਾਂ, ਸੰਤਾਂ, ਮਹਾਤਮਾ ਜਿਨ੍ਹਾਂ ਨੂੰ ਕੋਈ ਮੰਨਦਾ ਹੈ, ਉਹਨਾਂ ਦੀਆਂ ਫੋਟੋ ਨਾਲ ਘਰ ਭਰੇ ਨੇ ਲੋਕਾਂ ਦੇ। ਕੁਛ ਸਮਾਂ ਪਹਿਲੋਂ ਸਾਡੇ ਘਰਾਂ ਵਿੱਚ ਇੱਕ ਸ਼ਬਦ ਕੰਧ 'ਤੇ ਲਮਕਿਆ ਹੁੰਦਾ ਸੀ, ਲਪਟਾਇਆ ਹੁੰਦਾ ਸੀ। ਉਸ ਸ਼ਬਦ ਦੀ ਤੁਕ ਹੁੰਦੀ ਸੀ ਗੁਰਸਿੱਖ ਦੀ ਨਿੱਤ ਕਰਨੀ। ਬੋਲੋ ਕੀ ਸ਼ਬਦ ਬੋਲਿਆ, ਫਿਰ ਬੋਲੋ। ਪੁਤਲਾ ਹੈਂਡਿੰਗ ਪੜ੍ਹ ਕੇ ਅਤੇ ਕਦੀ ਰੂਹ ਨੂੰ ਇਹ ਮੈਸੇਜ ਮਿਲਦਾ ਸੀ ਵੀ ਗੁਰਸਿੱਖ ਨੇ ਨੇਤਾ ਪ੍ਰਤੀ ਕੀ ਕਰਨਾ ਹੈ। ਫੋਟੋ ਵਿੱਚੋਂ ਤੈਨੂੰ ਕੋਈ ਮੈਸੇਜ ਨਹੀਂ ਮਿਲਦਾ, ਇਹ ਸੱਚ ਅੱਜ ਨਹੀਂ ਅਤੇ ਕੱਲ੍ਹ ਤੁਹਾਨੂੰ ਸੁਣਨਾ ਪੈਣਾ ਹੈ। ਫੋਟੋ ਕੋਈ ਮੈਸੇਜ ਨਹੀਂ ਦਿੰਦੀ, ਨਾ ਪੱਥਰ ਬੋਲੇ, ਨਾ ਕਿਛ ਦੇ, ਨਾ ਪੱਥਰ ਕੋਲੋਂ ਕੁਝ ਮਿਲਦਾ ਹੈ। ਮੂਰਤੀ ਭਾਵੇਂ ਕਾਗਜ਼ ਦੀ ਹੋਵੇ, ਮੂਰਤੀ ਭਾਵੇਂ ਪੱਥਰ ਦੀ ਹੋਵੇ, ਸੁਣੋ ਜੀ ਗੁਰੂ ਕੇ ਸਿੱਖੋ ਧਿਆਨ ਨਾਲ, ਮੂਰਤੀ ਭਾਵੇਂ ਅਤੇ ਭਾਵੇਂ ਉਹਦੇ ਕੋਲ ਕੋਈ ਮੈਸੇਜ ਨਹੀਂ, ਮੂਰਤੀ ਕੋਲ ਕੋਈ ਮੈਸੇਜ ਨਹੀਂ, ਮੈਸੇਜ ਹੈ ਸ਼ਬਦ ਕੋਲ, ਆਖੋ ਵਾਹਿਗੁਰੂ। ਅਤੇ ਉਹ ਸ਼ਬਦ ਲਿਖਿਆ ਹੁੰਦਾ ਸੀ ਗੁਰਸਿੱਖ ਦੀ ਨਿੱਤ ਕਰਨੀ, ਵੀ ਸਿੱਖ ਨੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕੀ ਕਰਨਾ ਹੈ। ਚੰਗੀ ਤਰ੍ਹਾਂ ਧਿਆਨ ਨਾਲ ਸੁਣਿਓ, ਸੁਸਤ ਨਾ ਹੋਇਓ, ਸੁਚੇਤ ਹੋ ਕੇ ਸੁਣਿਓ, ਆਖੋ ਵਾਹਿਗੁਰੂ। ਸਭ ਤੋਂ ਪਹਿਲਾਂ ਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਕੀ ਕਰਨਾ ਕੀ ਹੈ। ਅਤੇ ਸਰਕਾਰ ਦਾ ਹੁਕਮ ਸੀ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਅਸੀਂ ਜਿੰਨੇ ਗੁਰੂ ਦੇ ਘਰ 'ਚ ਆਉਂਦੇ ਹਾਂ ਆਪਣੇ ਆਪ ਨੂੰ ਅਸੀਂ ਸਿੱਖ ਕਹਿੰਦੇ ਹਾਂ, ਹਿੰਦੂ ਨਹੀਂ ਆਪਣੇ ਆਪ ਨੂੰ ਕਹਿੰਦੇ, ਈਸਾਈ ਨਹੀਂ ਕਹਿੰਦੇ, ਮੁਸਲਮਾਨ ਨਹੀਂ ਕਹਿੰਦੇ, ਜੋਗੀ ਨਹੀਂ ਕਹਿੰਦੇ, ਸਰੇਵੜਾ ਨਹੀਂ ਕਹਿੰਦੇ, ਕੰਨ ਪਾਟਾ ਨਹੀਂ ਕਹਿੰਦੇ, ਅਸੀਂ ਗੁਰੂ ਕੇ ਸਿੱਖ, ਆਖੋ ਵਾਹਿਗੁਰੂ, ਅਸੀਂ ਗੁਰੂ ਕੇ। ਅਤੇ ਸਿੱਖ ਲਈ ਹੁਕਮ ਆ ਵੀ ਸਿੱਖ ਉਹ ਆ ਜਿਹੜਾ ਭੜਕੇ ਉੱਠ ਹਰ ਨਾਮ 'ਤੇ ਆਵੇ। ਹੁਣ ਤੁਸੀਂ ਜਿੰਨੇ ਮੇਰੇ ਭੈਣ ਭਰਾ ਬੈਠੇ ਹੋ, ਗੁਰਮੁਖ ਰੂਹਾਂ ਬੈਠੀਆਂ, ਤੁਹਾਡੇ ਚਰਨਾਂ 'ਤੇ ਸਿਰ ਰੱਖ ਕੇ ਤਰਲਾ ਹੈ, ਆਪਣੇ ਆਪ ਨੂੰ ਵਾਚ ਕਰੋ, ਆਪਣੇ ਆਪ ਨੂੰ ਪੜ੍ਹੋ ਵੀ ਜੇ ਸਿੱਖ ਦੀ ਪਰਿਭਾਸ਼ਾ ਨਾਮ ਤੋਂ ਸ਼ੁਰੂ ਹੁੰਦੀ। ਮੈਂ ਜਿੰਨੇ ਵਜੇ ਤੋਂ ਉੱਠਿਆ, ਆਖੋ ਵਾਹਿਗੁਰੂ, ਮੈਂ ਜਿੰਨੇ ਵਜੇ ਤੋਂ ਉੱਠਿਆ, ਮੈਂ ਤਾਂ ਬ੍ਰੈਡ ਵੀ ਖਾ ਲਏ ਨੇ, ਮੈਂ ਨਾਸ਼ਤਾ ਵੀ ਕਰ ਲਿਆ, ਆਖੋ ਵਾਹਿਗੁਰੂ। ਮਗਰ ਸਭ ਤੋਂ ਪ੍ਰਥਮ ਕਰਮ ਤਾਂ ਮੈਂ ਕੀਤਾ ਨਹੀਂ, ਨੋਟ ਕਰ ਰਹੇ ਹੋ ਨਾ, ਸਭ ਤੋਂ ਪ੍ਰਥਮ ਕਰਮ ਜਿਹੜਾ ਸੀ ਮੇਰੇ ਗੁਰੂ ਨੇ ਮੈਨੂੰ ਦੱਸਿਆ, ਸੋ ਭਲ ਕੇ ਉੱਠ ਨਾਮ ਜਪਣ ਤੋਂ ਪਹਿਲਾਂ। ਮੈਂ ਦੋ ਚਾਰ ਬ੍ਰੈਡ ਵੀ ਖਾਇਆ ਵਾਂ, ਕੌਫੀ ਦਾ ਕੱਪ ਵੀ ਪੀ ਆ, ਨਾਮ ਤਾਂ ਜਪਿਆ ਨਹੀਂ। ਇੱਥੋਂ ਪਤਾ ਲੱਗਾ ਗੁਰੂ ਦੀ ਨਜ਼ਰ ਵਿੱਚ ਰੋਜ਼ ਦਾ ਰੋਜ਼ ਜਿਹੜਾ ਗੁਰੂ ਹਾਜ਼ਰੀ ਲਾਉਂਦਾ, ਅੱਜ ਉਹਨੇ ਤੇਰੀ ਹਾਜ਼ਰੀ ਨਹੀਂ ਲਾਈ। ਜਿੰਨੇ ਮਰਜ਼ੀ ਸੋਨਾ ਚੜ੍ਹਾ ਦੇ ਗੁਰਦੁਆਰੇ, ਜਿੰਨੇ ਮਰਜ਼ੀ ਪੈਸੇ ਚੜ੍ਹਾ ਦੇ, ਤੇਰੀ ਹਾਜ਼ਰੀ ਉਦਣ ਲੱਗਣੀ ਹੈ ਜਿੱਦਣ ਤੂੰ ਗੁਰੂ ਦੀ ਗੱਲ ਮੰਨਣੀ, ਆਖ ਵਾਹਿਗੁਰੂ। ਅਤੇ ਗੁਰੂ ਦੀ ਗੱਲ ਪਹਿਲੀ ਕੀ ਹੈ, ਸੋ ਭਲ ਕੇ ਉੱਠ। ਸਾਰੇ ਬੋਲਿਆ ਕਰੋ ਅਤੇ ਸਮਝੋ ਵੀ, ਬੋਲਣਾ ਹੋਰ ਗੱਲ ਆ, ਨਾਲ ਸਮਝਣਾ ਹੋਰ ਗੱਲ ਆ। ਉਸ ਗੱਲ ਨੂੰ ਚੰਗੀ ਤਰ੍ਹਾਂ ਆਪਣੀ ਜ਼ਿਹਨ ਵਿੱਚ ਲਿਆਓ, ਜ਼ਿਹਨ ਵਿੱਚ ਲਿਆਓ ਵੀ ਗੁਰੂ ਸਾਹਿਬ ਕੀ ਕਹਿੰਦੇ। ਵੈਸੇ ਵੀ ਦਸਮ ਪਿਤਾ ਗੁਰਦੇਵ ਗੁਰੂ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ, ਬਿਨ ਜਪ ਜਾਪ ਜਿਵੇਂ ਜੋ ਪ੍ਰਸਾਦ। ਆ ਸੁਣਿਓ ਸਾਰੀਆਂ ਗੱਲਾਂ ਬਰੀਕੀ ਦੀਆਂ ਨੇ, ਜੇ ਮਨ ਇਕਾਗਰ ਹੋਊਗਾ ਤਾਂ ਸਮਝਾਉਣੀ।
ਬਿਨ ਜਪ ਅਤੇ ਜਾਪ, ਬਿਨਾਂ ਜਪਜੀ ਅਤੇ ਜਾਪ ਸਾਹਿਬ ਪੜ੍ਹਨ ਤੋਂ ਬਿਨਾਂ ਜਿਵੇਂ ਜੋ ਪ੍ਰਸਾਦ, ਜਿਹੜਾ ਸਿੱਖ ਜਪਜੀ ਪੜ੍ਹਨ ਤੋਂ ਬਿਨਾਂ ਜਾਪ ਸਾਹਿਬ ਤੋਂ ਪੜ੍ਹਨ ਤੋਂ ਬਿਨਾਂ ਸਵੇ ਪ੍ਰਸਾਦ ਹੈ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜਾ ਨਾਮ ਚੇਤਨਾ ਕੀਤਾ ਹੈ, ਇਹ ਨਹੀਂ ਕਹਿਣਾ ਕਿਸੇ ਨੇ। ਹੁਣ ਰਹਿਤ ਮਰਿਆਦਾ ਬਾਰੇ ਲੋਕ ਬੋਲਣੋਂ ਹੀ ਹਟ ਗਿਆ ਸਟੇਜਾਂ 'ਤੇ। ਅੱਖ ਵਾਹਿਗੁਰੂ, ਜਿਹੜੀ ਸਾਡੀ ਰੋਜ਼ ਦੀ ਕਲਾਸ ਸੀ ਵੀ ਵੇਖ ਸਿੱਖਾਂ ਮੈਂ ਤੈਨੂੰ ਵਿਖਾਵਾਂ ਵੀ ਤੂੰ ਰਹਿਤ 'ਚ ਕਿੰਨਾ ਕੁ ਪੂਰਾ ਹੈ, ਰਹਿਤ ਦੀ ਕਸਵੱਟੀ 'ਤੇ ਤੂੰ ਕਿੰਨਾ ਪੂਰਾ ਉਤਰਦਾ ਹੈ, ਉਹ ਗੱਲਾਂ ਹੁਣ ਇੱਥੋਂ ਬੰਦ ਹੋ ਗਈਆਂ। ਪਤਾ ਲੱਗ ਗਿਆ ਜੀ, ਸਟੇਜਾਂ 'ਤੇ ਕਹਿਣੀਆਂ ਇਹ ਗੱਲਾਂ ਰਹਿਤ ਮਰਿਆਦਾ ਦੀਆਂ ਬੰਦ ਹੋ ਗਈਆਂ। ਅੱਖ ਵਾਹਿਗੁਰੂ, ਮੈਂ ਫਿਰ ਰਿਪੀਟ ਕਰਾਉਂਦਾ ਜੇ ਬਿਨ ਜਪ ਜਾਪ, ਜਪਜੀ ਨਹੀਂ ਪੜ੍ਹਿਆ, ਜਪ ਸਾਹਿਬ ਨਹੀਂ ਪੜ੍ਹਿਆ ਅਤੇ ਪਲੇਟ ਖਾ ਲਈ, ਪਰੌਂਠੇ ਖਾ ਲਏ, ਆਹ ਖਾ ਲਿਆ, ਉਹ ਖਾ ਲਿਆ, ਸਰਕਾਰ ਕਹਿੰਦੇ ਸੋ ਵਿਸ਼ਟਾ ਕਾ ਕਿਰਮ ਹੋਏ, ਕਿਰਮ ਮੈਨੇ ਕੀੜਾ, ਉਹ ਗੰਦਗੀ ਦਾ ਬੰਦਾ ਕੀੜਾ ਹੈ। ਅਸੀਂ ਤਾਂ ਕਹਿੰਦੇ ਪਰੌਂਠੇ ਖਾ ਰਿਹਾ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਕੀੜਾ ਵਾ ਅਤੇ ਵਿਸ਼ਟਾ ਖਾ ਰਿਹਾ। ਤੁਸੀਂ ਸੁਚੇਤ ਹੋ। ਅੱਖ ਵਾਹਿਗੁਰੂ ਸਾਹਿਬ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕਾ ਸਿੱਖ ਸੋ ਭਲ ਕੇ ਉੱਠ, ਇਹ ਹੁਕਮ ਹੈ, ਇਹ ਹੁਕਮ ਹੈ, ਸੋ ਭਲ ਕੇ ਉੱਠ, ਉਦਮ ਕਰੇ, ਉਦਮ ਕਰਕੇ ਉੱਠੇ, ਪ੍ਰਭਾਤ ਵੇਲੇ ਉੱਠੇ, 8 ਵਜੇ ਨਾ ਗੁਰੂ ਕਾ ਸਿੱਖ ਉੱਠੇ, 9 ਵਜੇ ਨਾ ਉੱਠੇ, 10 ਵਜੇ ਨਾ ਉੱਠੇ, ਪ੍ਰਭਾਤ ਵੇਲੇ ਸਿੱਖ ਉੱਠ ਕੇ, ਪ੍ਰਭਾਤ ਕਹਿੰਦੇ ਜਦੋਂ ਸੂਰਜ ਨਹੀਂ ਚੜ੍ਹਿਆ। ਇੱਕ ਵਾਰ ਬੋਲੋ ਕਿਹਨੂੰ ਕਹਿੰਦੇ ਪ੍ਰਭਾਤ? ਜਦੋਂ ਸੂਰਜ ਉਦੇ ਨਹੀਂ ਹੋਇਆ, ਸੂਰਜ ਚੜ੍ਹਨ ਤੋਂ ਪਹਿਲਾਂ ਸਮਾਂ, ਉਦਮ ਕਰੇ ਪੜ੍ਹ ਕੇ ਪ੍ਰਭਾਤੀ, ਇਸ਼ਨਾਨ ਕਰੇ, ਇਸ਼ਨਾਨ ਕਰੇ, ਬੋਲੋ ਭਲਾ, ਅੰਮ੍ਰਿਤਸਰ ਨਹਾਵੇ, ਅੰਮ੍ਰਿਤਸਰ, ਆਹ ਅੰਮ੍ਰਿਤ ਦਾ ਸਰੋਵਰ ਜਿਹੜਾ ਸਾਧ ਸੰਗਤ ਹੈ ਇਹਦੇ ਵਿੱਚ ਚੁੱਭੀਆਂ ਲਾਵੇ, ਵਾਹਿਗੁਰੂ ਵਾਹਿਗੁਰੂ, ਲਾਓ ਲਾਓ ਚੁੱਭੀਆਂ ਇੱਕ ਮਾਨਿਕ ਚ ਧੋ ਕੇ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਜੁੜੋ, ਚੁੱਭੀਆਂ ਲਾਓ, ਚੁੱਭੀਆਂ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਪਕੜੋ। ਭਾਈ ਆਨੰਦ ਲਾਲ ਸਾਹਿਬ ਨੂੰ ਸਰਕਾਰ ਨੇ ਫਰਮਾਇਆ, ਆਪ ਬਹਿ ਕੇ ਸੁਣੋ ਆਨੰਦ ਲਾਲ, ਆਪਣੇ ਪਿਆਰੇ ਬਚਨ ਦੇ, ਮੇਰਾ ਗੁਰੂ ਰਹਿਮਤਾਂ ਕਰੇ, ਗੁਰੂ ਤੇਗ ਬਹਾਦਰ ਅਸੀਂ ਕਲਾ ਵਰਤਾਏ, ਤੁਹਾਡਾ ਸਾਰਿਆਂ ਦਾ ਮਨ ਜੁੜੇ, ਮੇਰੀ ਅਰਦਾਸ ਆ। ਤੁਸੀਂ ਆਏ ਤਾਂ ਕਿਤੇ ਸਾਹਿਬ ਕੋਲੋਂ ਪ੍ਰਸਾਦ ਲੈਣੀ ਹੋ ਨਾ, ਅੱਖ ਵਾਹਿਗੁਰੂ, ਗੱਜ ਕੇ ਬੋਲੋ। ਉਹ ਜਿਹੜਾ ਬਾਹਰ ਕੜਾ ਪ੍ਰਸ਼ਾਦ ਮਿਲ ਰਿਹਾ ਹੈ, ਉਹ ਭਾਵੇਂ ਕੋਈ ਜੁੜੇ ਭਾਵੇਂ ਕੋਈ ਨਾ ਜੁੜੇ, ਹਰ ਇੱਕ ਦੇ ਬੁੱਕ 'ਚ ਪੈ ਜਾਣਾ ਹੈ, ਮਗਰ ਸ਼ਬਦ ਦਾ ਪ੍ਰਸ਼ਾਦ ਉਹਦੇ ਬੁੱਕ 'ਚ ਪੈਣਾ ਜਿਹਦੀ ਸੁਰਤ ਜੁੜੀ, ਜਿਹੜਾ ਟਿਕ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀਨ ਦੁਨੀਆ ਦਾ ਬਾਦਸ਼ਾਹ ਦਰਵੇਸ਼ ਸਤਿਗੁਰੂ ਆਨੰਦ ਲਾਲ ਸਾਹਿਬ ਨੂੰ ਕਹਿੰਦੇ ਸੁਣੋ ਆਨੰਦ ਲਾਲ, ਬੋਲੋ ਭਲਾ, ਬੋਲਿਆ ਕਰੋ ਨਾਲ ਮੇਰੇ, ਸੁਣੋ, ਸਿੱਖੀ ਦਾ ਕਰਮ ਹੈ ਇਹ, ਸਿੱਖੀ ਦਾ ਸਭ ਤੋਂ ਪਹਿਲੋਂ ਕੀ ਕਰਮ ਆ? ਨਾਮ, ਦਾਨ,
ਇਸ਼ਨਾਨ, ਤਿੰਨ ਚੀਜ਼ਾਂ, ਇਸ਼ਨਾਨ ਕਰਨਾ ਸਵੇਰੇ ਉੱਠ ਕੇ, ਨਾਮ ਜਪਣਾ, ਅਤੇ ਉਹ ਜਪਿਆ ਹੋਇਆ ਨਾਮ ਕਿਸੇ ਹੋਰ ਨੂੰ ਵੀ ਜਪਾਉਣਾ, ਆਪਣੇ ਬੱਚੇ ਨੂੰ ਜਪਾ ਲੈਣਾ, ਆਪਣੀ ਔਰਤ ਨੂੰ ਕਹਿਣਾ ਭਲੀਏ ਤੂੰ ਵੀ ਰੱਬ ਦਾ ਨਾਮ ਜਪਿਆ ਕਰ, ਇਹ ਘਰ ਵੱਸਦਾ ਰਹੇ। ਆਖੋ ਵਾਹਿਗੁਰੂ, ਜਿੱਥੇ ਨਾਮ ਜਪੀਏ ਭਰਾ ਪਿਆਰੇ, ਸੇ ਅਸਤਿਲ ਸੋਇਨ, ਘਰ ਵਾਲੀ ਨੂੰ ਵੀ ਕਹਿਣਾ ਤੂੰ ਵੀ ਭਾਗਾਂ ਵਾਲੀਏ, ਬੱਚੇ ਦੀ ਰੋਟੀ ਬਣਾਉਣੀ ਆ, ਭਾਗਾਂ ਵਾਲੀਏ ਤੂੰ ਵੀ ਇਸ ਘਰ ਦੇ ਜੀਆਂ ਨੂੰ ਰੋਟੀ ਖਵਾਉਣੀ ਆ, ਰੱਬ ਦਾ ਨਾਮ ਜਪ ਤੇਰੇ ਹੱਥਾਂ 'ਚ ਬਰਕਤ ਪਵੇ, ਤੇਰੀ ਰੋਟੀ ਖਾ ਕੇ ਤੇਰੇ ਬੱਚੇ ਨੂੰ, ਤੇਰੇ ਭਰਾ ਨੂੰ, ਤੇਰੇ ਸਹੁਰਾ ਸਾਹਿਬ ਨੂੰ, ਤੇਰੇ ਪਿਓ ਨੂੰ ਚੇਤੇ ਆਵੇ ਵਾਹਿਗੁਰੂ। ਇਹਨੂੰ ਕਹਿੰਦੇ ਦਾਨ, ਪਹਿਲੋ ਆਪ ਨਾਮ ਜਪਣਾ ਅਤੇ ਫਿਰ ਦਾਨ ਕਰਨਾ। ਹਰ ਕਾ ਨਾਮ ਧਿਆਏ ਸੁਣ, ਨਾਮ ਧਿਆ, ਨਾਮ ਨੂੰ ਸੁਣ, ਉਹ ਜਿਹੜੀ ਤੇਰੇ ਕੋਲ ਧਨ ਇਕੱਠਾ ਹੋਵੇ ਫਿਰ ਉਹ ਸਭਨਾਂ ਨੂੰ ਕਰ ਦਾਨ, ਇਕੱਲਾ ਨਾ ਜਪਿਆ ਕਰ। ਆਖ ਵਾਹਿਗੁਰੂ, ਕਿਸੇ ਨੂੰ ਕਿਹਾ ਕਰ, ਭਾਵੇਂ ਕੋਈ ਗੁੱਸਾ ਕਰੇ, ਭਾਵੇਂ ਕੋਈ ਰੋਸ ਕਰੇ, ਤੇਰੇ ਵੱਲ ਵੇਖ ਕੇ ਮੂੰਹ ਪੁੱਟੇ, ਮਗਰ ਤੂੰ ਹਰ ਇੱਕ ਨੂੰ ਆਖਿਆ ਕਰ, ਬੋਲੋ ਭਈ ਵਾਹਿਗੁਰੂ 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 ਵਾਹਿ। ਇਸ ਗੱਲ ਨੂੰ ਨੋਟ ਕਰੋ, ਇਹ ਕਿਤੇ ਲਿਖੇ ਹੋਏ ਬਚਨ ਨੇ, ਕਿਤੇ ਗਰੰਟਡ ਬਚਨ ਨੇ, ਇਹਨਾਂ ਨੂੰ ਐਵੇਂ ਨਾ ਸਮਝਣਾ। ਇਹ ਤੋਲਵੇਂ ਨਾਮੇਵੇਂ ਬਚਨ ਨੇ ਜਿਹੜੇ ਸਾਡੇ ਇਤਿਹਾਸ ਵਿੱਚ ਲਿਖੇ, ਸਾਡੇ ਰਹਿਤਨਾਮਿਆਂ 'ਚ ਲਿਖੇ। ਨਾਮ ਦਾਨ ਇਸ਼ਨਾਨ ਬਿਨ, ਬੋਲੋ, ਕਰੇ ਨਾ ਅੰਨ ਸਿਓ ਨੇ, ਕਰੇ ਨਾ। ਇਹ ਗੱਲਾਂ ਕੁਛ ਸੀ ਜਿਹੜੀਆਂ ਹੁਕਮ ਵਿੱਚ ਆਉਂਦੀਆਂ ਸੀ। ਅੱਜ ਵਾਲੇ ਬੋਲ ਵਿੱਚ ਸਰਕਾਰ ਨੇ ਇਹ ਵਚਨ ਕੀਤਾ ਹੈ ਵੀ ਇਸ ਦੁਨੀਆ 'ਤੇ ਕੋਈ ਰਾਮ ਕਹਿੰਦਾ ਹੈ, ਆਹ ਤੁਸੀਂ ਸ਼ਬਦ ਸੁਣਦੇ ਹੋ, ਕੋਈ ਬੋਲੇ ਉਹ ਮੇਰੇ ਵੀਰ ਜਿਹੜੇ ਬੈਠੇ ਝੂਮਣ ਡਹਿ ਸੀ ਸ਼ਬਦ ਸੁਣ ਕੇ, ਅਤੇ ਮੇਰੀ ਹੱਥ ਜੋੜ ਕੇ ਬੇਨਤੀ ਉਹਦੇ ਵਿੱਚੋਂ ਭੇਦ ਨੂੰ ਸਮਝੋ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਇਹ ਬੜਾ ਸਾਂਝਾ ਜਿਹਾ ਸ਼ਬਦ ਕਰਕੇ ਆਪਾਂ ਪੜ੍ਹਦੇ ਹਾਂ ਵੀ ਭਾਈ ਸਾਰੇ ਹੀ ਪ੍ਰਵਾਨ ਨੇ, ਰਾਮ ਕਹਿਣ ਵਾਲਾ ਵੀ ਪ੍ਰਵਾਨ ਆ, ਅੱਲਾ ਕਹਿਣ ਵਾਲਾ ਵੀ ਪ੍ਰਵਾਨ ਆ, ਸਾਰੇ ਨੀਲੇ ਕੱਪੜੇ ਪਾਉਣ ਵਾਲਾ ਵੀ ਪ੍ਰਵਾਨ ਆ, ਚਿੱਟੇ ਪਾਉਣ, ਨਹੀਂ 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 ਨਹੀਂ, ਸਾਰਾ ਸ਼ਬਦ ਪੜ੍ਹ ਕੇ ਪਿੱਛੇ ਜਾ ਕੇ ਆਖਿਆ ਕਹੋ ਨਾਨਕ ਜਿਨ ਹੁਕਮ ਪਛਾਤਾ। ਰੱਬ ਦਾ ਹੁਕਮ ਪਛਾਣਨਾ, ਸਿੱਖ ਭਾਵੇਂ ਜਪਜੀ ਸਾਹਿਬ ਪੜ੍ਹੇ, ਆਖੋ ਵਾਹਿਗੁਰੂ, ਜੇ ਰਹਿਤ ਨਾਮਿਆਂ ਵਾਲੇ ਹੁਕਮ ਦੇ ਵਿੱਚ ਪੂਰਾ ਨਹੀਂ, ਰਹਿਤ ਮਰਿਆਦਾ ਵਿੱਚ ਪੂਰਾ ਨਹੀਂ, ਤਾਂ ਸਮਝ ਲਓ ਐਸੇ ਭਾਂਡੇ ਦੇ ਵਿੱਚ ਦੁੱਧ ਪੈ ਰਿਹਾ ਜਿਹਨੂੰ ਅਨੰਤ ਛੇਕ ਨੇ, ਨਹੀਂ ਪਤਾ ਲੱਗਾ। ਬੋਲੋ ਗੁਰੂ, ਕਿਸੇ ਇੱਕ ਐਸੇ ਭਾਂਡੇ 'ਚ ਦੁੱਧ ਪਾਇਆ ਜਾ ਰਿਹਾ ਜਿਹਦੇ ਵਿੱਚ ਬਹੁਤ ਛੇਕ ਨੇ, ਇੱਧਰੋਂ ਪੈਂਦਾ ਜਾਣਾ, ਇੱਧਰੋਂ ਡੁੱਲਦਾ ਜਾਣਾ, ਤਾਂ ਹੀ ਤਾਂ ਤੇਰਾ ਪੜ੍ਹਿਆ ਹੋਇਆ ਜਪਜੀ ਸਾਹਿਬ ਕੋ ਕਰਾਮਾਤ ਨਹੀਂ ਵਿਖਾਉਂਦਾ। ਆਖ ਵਾਹਿਗੁਰੂ, ਕੀ ਪੜ੍ਹਿਆ ਹੋਇਆ ਤੇਰੀ ਜ਼ਿੰਦਗੀ 'ਚ ਕੋਈ ਕਰਾਮਾਤ ਨਹੀਂ ਕਰ ਰਿਹਾ, ਤੂੰ ਕੱਲ੍ਹ ਵੀ ਨਿੰਦਕ ਸੈਂ, ਜਪਜੀ ਸਾਹਿਬ ਪੜ੍ਹ ਕੇ ਵੀ ਨਿੰਦਕ ਹੈ ਤੂੰ। ਇੱਥੇ ਮੈਨੂੰ ਬਹੁਤ ਸਾਰੇ ਲੋਕ ਮਿਲਦੇ, ਵੀਰ ਜੀ ਮੇਰੇ ਘਰ ਦਾ ਨਾ ਬਹੁਤ ਪਾਠ ਕਰਦਾ, ਬਹੁਤ ਪਾਠ ਕਰਦਾ, ਮਗਰ ਰਾਤ ਨੂੰ ਸ਼ਰਾਬ ਪੀ ਲੈਂਦਾ, ਕਿਤੇ ਛੇਕ ਨੇ, ਜਪਜੀ ਸਾਹਿਬ ਦਾ ਰਸ ਪੈ ਰਿਹਾ ਹੈ, ਜਪਜੀ ਸਾਹਿਬ ਦਾ ਅੰਮ੍ਰਿਤ ਅੰਦਰ ਪੈ ਰਿਹਾ ਹੈ, ਮਗਰ ਉਹ ਛੇਕਾਂ ਰਾਹੀਂ ਸਾਰਾ ਵਗ ਗਿਆ, ਰਾਤ ਨੂੰ ਫਿਰ ਦਿਲ ਕਰ ਪਿਆ ਸ਼ਰਾਬ ਪੀਣ ਨੂੰ। ਛੇਕ ਨੇ, ਰਹਿਤ ਮਰਿਆਦਾ 'ਚ ਪਰਿਪੱਕ ਹੋ ਕੇ ਜਿੱਦਣ ਤੂੰ ਜਪਜੀ ਸਾਹਿਬ ਪੜ੍ਹੇਗਾ ਨਾ, ਇਹ ਬਾਣੀ ਤੈਨੂੰ ਰੱਬ ਬਣਾ ਦੂਗੀ, ਰੱਬ, ਤੂੰ ਸੱਚਮੁੱਚ ਹੀ ਰੱਬ ਬਣ ਜਾਏਗਾ ਜਿੱਦਣ ਤੇਰੇ ਅੰਦਰ ਛੇਕ ਨਹੀਂ ਆਉਣਗੇ। ਸਮਝਣ ਦੀ ਕੋਸ਼ਿਸ਼ ਕਰੋ। ਆਖੋ ਵਾਹਿਗੁਰੂ, ਰਾਮ ਬੋਲਣ ਵਾਲਿਆ, ਖੁਦਾ ਬੋਲਣ ਵਾਲਿਆ, ਚਿੱਟੇ ਕੱਪੜੇ ਪਾਉਣ ਵਾਲਿਆ, ਨੀਲੇ ਕੱਪੜੇ ਪਾਉਣ ਵਾਲਿਆ, ਤੀਰਥ 'ਤੇ ਜਾਣ ਵਾਲਿਆ, ਹੱਜ 'ਤੇ ਜਾਣ ਵਾਲਿਆ, ਇੱਕ ਗੱਲ ਸੁਣ, ਪ੍ਰਵਾਨ ਤੇਰਾ ਉਦਣ ਹੋਣਾ ਜਿੱਦਣ ਤੂੰ ਉਸ ਰੱਬੀ ਹੁਕਮ ਨੂੰ ਪਛਾਤਾ। ਆਖੋ ਵਾਹਿਗੁਰੂ,
ਅੱਲਾ ਕਹਿਣ ਵਾਲਾ ਤਾਂ ਨਹੀਂ ਪ੍ਰਵਾਨ ਹੋਇਆ ਕਿ ਉਹਨੂੰ ਖੁਦਾ ਵਾਲਾ ਚੰਗਾ ਨਹੀਂ ਲੱਗਦਾ, ਖੁਦਾ ਵਾਲਾ ਤਾਂ ਪ੍ਰਵਾਨ ਨਹੀਂ ਹੋਇਆ ਉਹਨੂੰ ਰਾਮ ਚੰਗਾ ਨਹੀਂ ਲੱਗਦਾ, ਪ੍ਰਵਾਨ ਕਬੀਰ ਤਾਂ ਹੋਇਆ ਉਹਨੇ ਕਿਹਾ ਇੱਕ ਨੂਰ ਤੇ ਸਭ ਜਗ ਉਪਜਿਆ। ਇਹ ਸੀ ਹੁਕਮ, ਇਹ ਸੀ ਹੁਕਮ, ਇੱਕ ਪਿਤਾ। ਤੁਸੀਂ ਗੱਲ ਨੂੰ ਪਕੜਿਆ ਨਹੀਂ, ਤੁਹਾਡੇ ਕਲੇਜੇ 'ਚੋਂ ਆਵਾਜ਼ ਨਹੀਂ ਆਈ। ਰਾਮ ਕਹਿਣ ਵਾਲਿਆ ਤੇਰਾ ਰਾਮ ਕਿਹਾ ਤਾਂ ਪ੍ਰਵਾਨ ਹੋਇਆ, ਜੇ ਤੈਨੂੰ ਮੁਸਲਮਾਨ ਵਿੱਚ ਵੀ ਰੱਬ ਦਿਸੇ। ਆ ਦੇਖ ਹੀ ਰਹੇ ਹੋ ਹਕੂਮਤ ਦੇ ਸਮੇਂ ਨੂੰ, ਅੱਖ ਵਾਹਿਗੁਰੂ ਮਾਰ ਦਿਉ ਇਨਕੋ, ਫਲਾਣੋ ਕੋ ਗੋਲੀ ਮਾਰੋ, ਟੀ ਨਹੀਂ 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 ਨਹੀਂ, ਤੇਰਾ ਰਾਮ ਕਿਹਾ ਵਿਅਰਥ ਗਿਆ। ਅੱਲਾ ਕਹਿਣ ਵਾਲਾ ਜੇ ਕਿਸੇ ਹਿੰਦੂ ਦਾ ਕਤਲ ਕਰਦਾ ਹੈ ਤਾਂ ਉਹਦਾ ਅੱਲਾ ਕਿਹਾ ਵਿਅਰਥ ਗਿਆ। ਜੇ ਕੋਈ ਵਾਹਿਗੁਰੂ ਕਹਿਣ ਵਾਲਾ ਕਿਸੇ ਦੇ ਬੇਪਤੀ ਕਰਦਾ ਹੈ ਤਾਂ ਉਹਦਾ ਵਾਹਿਗੁਰੂ ਕਿਹਾ ਵਿਅਰਥ ਗਿਆ। ਹੁਕਮ ਪਛਾਣ, ਹੁਕਮ ਪਛਾਣ, ਖਸਮ ਤਰਸ ਕਰ ਜੀ ਪੇ, ਹੁਕਮ ਨੂੰ ਪਛਾਣ ਅਤੇ ਹਰ ਇੱਕ ਜੀ ਦੇ ਉੱਤੇ ਤਰਸ ਕਰ, ਇਹਦੇ ਵਿੱਚ ਵੀ ਰੱਬ ਬੈਠਾ, ਇਹਦੇ ਵਿੱਚ ਵੀ ਰੱਬ ਬੈਠਾ। ਕੌਣ ਕਿਸੇ ਦੇ ਘਰ ਨੂੰ ਅੱਗ ਲਾਊਗਾ, ਕੌਣ ਮਸਜਿਦਾਂ ਢਾਊਗਾ, ਕੌਣ ਮੰਦਰ ਢਾਊਗਾ, ਜਿੱਦਣ ਦੁਨੀਆ ਦੇ ਲੋਕ ਹੁਕਮ ਪਛਾਣ ਲੈਣਗੇ। ਸਾਹਿਬ ਨੇ ਇਸ ਤਰ੍ਹਾਂ ਲਿਖਿਆ ਹੈ, ਆਖੋ ਵਾਹਿਗੁਰੂ, ਉੱਚੀ ਬੋਲੋ, ਇਸ ਤਰ੍ਹਾਂ ਲਿਖਿਆ ਹੈ ਵੀ ਕਹੋ ਨਾਨਕ ਜਿਨ ਹੁਕਮ। ਫਿਰ ਇੱਕ ਵਾਰ ਰਿਪੀਟ ਕਰਦਾ, ਕੋਈ ਰਾਮ ਕਹਿੰਦਾ ਹੈ, ਕੋਈ ਅੱਲਾ ਕਹਿੰਦਾ ਹੈ, ਕੋਈ ਖੁਦਾ ਕਹਿੰਦਾ ਹੈ, ਕੋਈ ਚਿੱਟੇ ਕੱਪੜੇ, ਸੁਣ ਰਹੇ ਹੋ ਨਾ ਚੰਗੀ ਤਰ੍ਹਾਂ, ਕੋਈ ਚਿੱਟੇ ਕੱਪੜੇ ਪਾ ਰਿਹਾ, ਕੋਈ ਨੀਲੇ ਕੱਪੜੇ ਪਾ ਰਿਹਾ, ਕੋਈ ਤੀਰਥ ਯਾਤਰਾ ਕਹਿ ਰਿਹਾ ਮੈਂ ਤੀਰਥ ਯਾਤਰਾ 'ਤੇ ਚੱਲਿਆ, ਕੋਈ ਕਹਿੰਦਾ ਮੈਂ ਹੱਜ 'ਤੇ ਚੱਲਿਆ, ਕੋਈ ਨਾਵੇ ਤੀਰਥ, ਕੋਈ ਸੇਵੇ ਕੁਸਈਆਂ ਅਤੇ ਕੋਈ ਅਲਾਏ, ਤਰ੍ਹਾਂ ਤਰ੍ਹਾਂ ਨਾਲ ਲੋਕ ਇਬਾਦਤ ਕਰ ਰਹੇ ਮਗਰ ਹੁਕਮ ਨਹੀਂ ਪਛਾਣ ਰਹੇ। ਹੁਕਮ ਕੀ ਆ? ਸਭ ਮੈਂ ਸੱਚਾ ਏਕੋ ਸੋਈ, ਬੋਲੋ ਫਿਰ ਬੋਲੋ, ਸਭ ਮੈਂ, ਸਾਰਿਆਂ ਦੇ ਵਿੱਚ ਉਸ ਅਕਾਲ, ਸਭ ਮੈਂ ਜੋਤ ਤਿਸ ਦੇ ਚਾਨਣ, ਇੱਕ ਦੀ ਜੋਤ ਸਾਰੇ ਸਮਾਜ ਵਿੱਚ ਸਾਰੀ ਕਾਇਨਾਤ ਵਿੱਚ ਜਗ ਰਹੀ। ਜਿਹਨੇ ਇਹ ਹੁਕਮ ਨਹੀਂ ਨਾ ਪਛਾਣਿਆ ਉਹਦਾ ਰਾਮ ਕਿਹਾ ਵੀ ਵਿਅਰਥ ਆ, ਦੂਸਰੇ ਦਾ ਖੁਦਾ ਕਿਹਾ ਵੀ ਵਿਅਰਥ ਆ, ਤੁਹਾਡਾ ਵਾਹਿਗੁਰੂ ਕਿਹਾ ਵੀ ਵਿਅਰਥ ਆ। ਜੇ ਤੁਸੀਂ ਹਰ ਇੱਕ ਦੇ ਵਿੱਚ ਉਸ ਰੱਬੀ ਜੋਤ ਨੂੰ ਨਹੀਂ ਵੇਂਦੇ, ਉਸ ਰੱਬੀ ਨੂਰ ਨੂੰ, ਇੱਕ ਨੂਰ ਤੇ ਉਹ ਨੂਰ ਤੁਸੀਂ ਵੇਖਿਆ ਨਹੀਂ ਨਾ, ਤਾਂ ਸਭ ਕੁਝ ਵਿਅਰਥ ਆ। ਗੁਰੂ ਕਿਰਪਾ ਕਰੇ, ਹੁਕਮ ਪਛਾਣੋ, ਹੁਕਮ ਪਛਾਣ, ਖਸ ਤਰਸ ਕਰ ਜੀ ਪੇ, ਹਰ ਇੱਕ ਜੀਵ ਦੇ ਉੱਤੇ ਤਰਸ ਕਰ, ਅਤੇ ਹੁਕਮ ਕੀ ਪਛਾਣਨਾ ਹੈ? ਸਭ ਮੈਂ ਸੱਚਾ ਏਕੋ ਸੋਈ, ਬੋਲੋ ਹੁਕਮ ਪਛਾਣੇ ਸੋ ਏਕੋ ਜਾਣੇ, ਬੰਦਾ ਕਹੀਏ ਉਹ ਹੀ ਬੰਦਾ ਹੈ ਜਿਹੜਾ ਹੁਕਮ ਪਛਾਣ ਕੇ ਕੀ ਕਹਿੰਦਾ, ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ, ਏਕ ਖੁੱਲ ਕੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਇਬੇ ਬੀਠਲ ਉਬੇ ਬੀਠਲ, ਇਬੇ ਬੀਠਲ ਉਬੇ ਬੀਠਲ, ਇਬੇ
ਸਭੇ ਘਟ ਰਾਮ ਬੋਲੇ, ਸਭੇ ਘਟ ਰਾਮ ਬੋਲੇ, ਸਭੇ ਕਟਾਕਸ਼ ਕੀਤਾ ਬਾਬੇ ਕਬੀਰ ਨੇ, ਜੋ ਸਭ ਮੈਂ ਇੱਕ ਖੁਦਾਏ ਕਹਿਤ ਹੋ। ਚਿੰਟੀ ਤੋਂ ਲੈ ਕੇ ਹਾਥੀ ਤੱਕ ਜੇ ਖੁਦਾ ਸਾਰਿਆਂ 'ਚ ਬੈਠਾ ਹੈ ਤੋ ਕਿਉਂ ਮੁਰਗੀ ਮਾਰੇ, ਤੋ ਕਿਉਂ ਸਿੱਖਾ ਸਮਝਣ ਦੀ ਕੋਸ਼ਿਸ਼ ਕਰ। ਧਰਮ ਜਿਹੜਾ ਹੈ ਨਾ, ਧਰਮ ਸ਼ਬਦ, ਇਹ ਧਰਮ ਸ਼ਬਦ ਗੱਲਾਂ ਵਿੱਚ ਨਹੀਂ ਹੁੰਦਾ ਵੀ ਕਿਸੇ ਨੇ ਗੱਲ ਕਰਤੀ। ਜੋ ਧਰਮ ਕਮਾਵੇ, ਬੋਲੋ ਉੱਚੀ ਬੋਲਿਆ ਕਰੋ, ਤਿਸ ਧਰਮ ਨਾਉ ਹੋਵੇ। ਗਾਤਰਾ ਤਾਂ ਮੈਂ ਵੀ ਪਾਇਆ, ਬਾਣਾ ਤਾਂ ਮੈਂ ਵੀ ਪਾਇਆ, ਮਗਰ ਮੈਂ ਧਰਮੀ ਨਹੀਂ ਅਖਵਾ ਸਕਦਾ। ਕਿਸੇ ਨੇ ਮਰਡਰ ਕਰਤਾ, ਅੱਖ ਵਾਹਿਗੁਰੂ, ਕਿਸੇ ਨੇ ਕਿਸੇ ਦਾ ਬੋਲੋ ਮਰਡਰ ਕਰਤਾ ਅਤੇ ਜੱਜ ਸਾਹਮਣੇ ਜਾ ਕੇ ਪੇਸ਼ ਹੋ ਗਿਆ, ਕਹਿੰਦਾ ਜੀ ਮੈਨੂੰ ਸਜ਼ਾ ਦਿਓ ਮਰਡਰ ਦੀ, ਮੈਂ ਮਰਡਰ ਕੀਤਾ ਹੈ। ਜੱਜ ਕਹਿੰਦਾ ਤੇਰੇ ਹੱਥ ਵੀ ਖੂਨ ਨਾਲ ਲਿਬੜੇ, ਤੇਰੇ ਹੱਥ ਵਿੱਚ ਮਰਡਰ ਕਰਨ ਵਾਲਾ ਚਾਕੂ ਵੀ ਹੈਗਾ ਹੈ, ਮੈਂ ਸਮਝਦਾ ਸਭ ਕੁਝ, ਮਗਰ ਮੈਂ ਤੈਨੂੰ ਸਜ਼ਾ ਓਨਾ ਚਿਰ ਨਹੀਂ ਦੇਣੀ ਜਿੰਨਾ ਚਿਰ ਤੇਰਾ ਕੋਈ ਗਵਾਹ ਆਣ ਕੇ ਨਾ ਆਖੇ ਮੈਂ ਇਹਨੂੰ ਮਰਡਰ ਕਰਦਿਆਂ ਵੇਖਿਆ। ਅੱਖ ਵਾਹਿਗੁਰੂ, ਪਕੜ 'ਚ ਆ ਰਿਹਾ, ਮੈਂ ਇਹਨੂੰ ਮਰਡਰ ਕਰਦਿਆਂ, ਤੂੰ ਗਾਤਰਾ ਵੀ ਪਾਇਆ, ਤੂੰ ਕੰਘਾ ਵੀ ਰੱਖਿਆ, ਤੂੰ ਬਾਣਾ ਵੀ ਪਾਇਆ, ਅਤੇ ਜਾ ਕੇ ਰੱਬ ਨੂੰ ਆਖੇ ਮੈਂ ਧਰਮੀ ਹਾਂ। ਰੱਬ ਤੈਨੂੰ ਇਹ ਪੁੱਛੂਗਾ, ਮੈਂ ਗਾਤਰੇ ਅਤੇ ਕੰਘੇ ਦੇ ਨਾਲ ਅਤੇ ਕੜੇ ਦੇ ਨਾਲ ਅਤੇ ਬਾਣੇ ਨਾਲ ਮੈਂ ਤੈਨੂੰ ਧਰਮੀ ਨਹੀਂ ਮੰਨਦਾ। ਕੋਈ ਆਣ ਕੇ ਦੱਸੇ ਵੀ ਇਸ ਬੰਦੇ ਨੇ ਧਰਮ ਕਮਾਇਆ, ਫਲਾਣੀ ਥਾਂ 'ਤੇ ਫਲਾਣੇ ਦੀ ਧੀ ਦਾ ਆਨੰਦ ਕਾਰਜ ਨਹੀਂ ਸੀ ਹੁੰਦਾ, ਇਸ ਬੰਦੇ ਨੇ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਉਹਦੀ ਧੀ ਦਾ ਆਨੰਦ ਕਾਰਜ ਕਰਵਾਇਆ, ਇਹ ਬੰਦਾ ਧਰਮੀ ਆ, ਮੈਂ ਇਹਨੂੰ ਧਰਮ ਕਮਾਉਂਦੇ ਵੇਖਿਆ ਹੈ। ਗੱਲਾਂ ਨਾਲ ਨਹੀਂ, ਇੱਕ ਫਿਰੇ ਹਨੇਰੇ ਆ ਸਾਰਾ ਸੰਸਾਰ, ਕੋਈ ਟਿੱਕਾ ਲਾ ਕੇ ਕਹਿਣ ਡਿਆ ਮੈਂ ਹਿੰਦੂ ਹਾਂ, ਕੋਈ ਸੁਨਤ ਕਰਾ ਕੇ ਕਹਿੰਦਾ ਮੈਂ ਮੁਸਲਮਾਨ ਹਾਂ, ਕੋਈ ਗਾਤਰਾ ਪਾ ਕੇ ਕਹਿ ਰਿਹਾ ਮੈਂ ਸਿੱਖ ਹਾਂ। ਇਹ ਤਾਂ ਕਰਮੀ ਆਪੋ ਆਪਣੀ ਉੱਤੇ ਜਦੋਂ ਰੱਬ ਦੀ ਦਰਗਾਹ 'ਚ ਜਾਓਗੇ ਨਾ, ਅਤੇ ਕਸਵੱਟੀ ਦੇ ਲਾ ਕੇ ਵੇਖੂਗਾ ਕੌਣ ਧਰਮੀ ਆ ਅਤੇ ਕੌਣ ਅਧਰਮੀ ਆ, ਇਹ ਫੈਸਲਾ ਉਹਨੇ ਕਰਨਾ ਹੈ। ਤੁਸੀਂ ਅਤੇ ਮੈਂ ਤਾਂ ਪਾ ਸਕਦੇ ਹਾਂ, ਕੋਈ ਟਿੱਕਾ ਲਾ ਸਕਦਾ ਹੈ, ਜਨੇਊ ਪਾ ਸਕਦਾ ਹੈ, ਆਪਣੇ ਆਪ ਨੂੰ ਸੁਨਤ ਕਰ ਸਕਦਾ ਹੈ, ਆਪਣੇ ਆਪ ਨੂੰ ਅੰਮ੍ਰਿਤ ਛੱਕ ਕੇ ਗੁਰੂ ਕਾ ਸਿੱਖ ਬਣ ਸਕਦਾ ਹੈ, ਮਗਰ ਨਿਬੇੜਾ ਅਤੇ ਉਹ ਸੱਚੇ ਕੀ ਕੱਚ ਪਕਾਈ ਉੱਥੇ ਪਾਏ, ਤੇਰੀ ਰੋਟੀ ਕਿੰਨੀ ਕੱਚੀ ਆ ਕਿੰਨੀ ਪੱਕੀ, ਇਹ ਤਾਂ ਉੱਥੇ ਪਾਏ ਅਤੇ ਉਹ ਰਿਜ਼ਲਟ ਨਿਕਲੂ ਨਾਨਕ ਗਿਆ। ਬੋਲੋ ਨਾ, ਨਾਨਕ ਜਦੋਂ ਜਾਏਗਾ ਇੱਥੇ ਤੂੰ ਥੋੜ੍ਹਾ ਰਿਜ਼ਲਟ ਕੱਢਣਾ, ਰਿਜ਼ਲਟ ਤਾਂ ਉਹਨੇ ਕੱਢਣਾ, ਉੱਥੇ ਸੱਚੇ ਹੀ ਚੁਣ ਵੱਖ ਕੱਢੇ, ਪਤਾ ਤਾਂ ਉੱਦਣ ਲੱਗਣਾ ਸੱਜਣਾ ਜਿੱਦਣ ਤੈਨੂੰ ਗਾਤਰੇ ਵਾਲੇ ਨੂੰ ਵੀ ਕੰਨੋਂ ਫੜ ਕੇ ਬਾਹਰ ਕੱਢਤਾ, ਪਤਾ ਤਾਂ ਉੱਦਣ ਲੱਗਣਾ ਤੈਨੂੰ ਜਨੇਊ ਵਾਲੇ ਨੂੰ ਵੀ ਕੰਨੋਂ ਫੜ ਕੇ ਬਾਹਰ ਕੱਢਤਾ, ਤੈਨੂੰ ਸੁਨਤ ਕਰਨ ਵਾਲੇ ਨੂੰ ਵੀ ਧੱਕੇ ਮਾਰ ਕੇ ਬਾਹਰ ਕੱਢਤਾ, ਪਤਾ ਤਾਂ ਉੱਦਣ ਲੱਗਣਾ ਇੱਥੇ ਭਾਈ ਗਿਆਨੀ ਤਾਂ ਤੈਨੂੰ ਕਹਿਣਗੇ ਤੂੰ ਪਾਸ ਹੈ, ਮੇਰੇ ਵਰਗੇ ਤਾਂ ਉਹ ਟੋਕਰੀ ਭਰਨ ਨੂੰ ਜਿਹੜੇ ਨੋਟਾਂ ਦੀ ਕਹਿਣਗੇ, ਤੁਹਾਡੇ ਵਰਗਾ ਗੁਰਮੁਖ ਕੋਈ ਨਹੀਂ, ਗੁਰਮੁਖ ਦਾ ਸਰਟੀਫਿਕੇਟ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇਣਗੇ, ਮੁਸਲਮਾਨ ਨੂੰ ਮੁਹੰਮਦ ਸਾਹਿਬ ਦੇਣਗੇ, ਹਿੰਦੂ ਨੂੰ ਰਾਮਚੰਦਰ ਦੇਣਗੇ। ਰਾਮਚੰਦਰ ਮਹਾਰਾਜ ਨੂੰ ਕਹਿੰਦੇ ਨੇ ਮਰਿਆਦਾ ਪੁਰਸ਼ੋਤਮ, ਅਤੇ ਹਿੰਦੂ 'ਚ ਮਰਿਆਦਾ ਕਿੱਥੇ ਰਹਿ ਗਈ, ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਰਹਿਣੀ ਰਹਿ, ਸਿੱਖ 'ਚ ਰਹਿਤ ਕਿੱਥੇ ਰਹਿ ਗਈ,
ਇਹ ਤਾਂ ਗੱਲਾਂ ਤੁਹਾਨੂੰ ਸੁਣਨੀਆਂ ਪੈਣੀਆਂ ਨਹੀਂ ਤਾਂ ਧਰਮ ਦੀ ਬੁਰਮਤੀ ਨਾ ਕਰੋ ਲੋਕੋ, ਨਾ ਗਾਤਰੇ ਪਾਓ, ਨਾ ਟਿੱਕੇ ਲਾਓ, ਨਾ ਸੁੰਨਤ ਕਰਾਓ। ਜੇ ਧਰਮ ਦੇ ਚਿੰਨ ਪਾਏ ਨੇ ਤਾਂ ਧਰਮੀ ਬਣ ਕੇ ਵਿਖਾਓ। ਇਸ ਦੁਨੀਆ 'ਤੇ ਧਰਮ ਸੋਹਣਾ ਲੱਗੇ, ਲੋਕ ਧਰਮ ਸ਼ਬਦ ਲੈਣ 'ਤੇ ਠੰਡ ਪੈ ਜਾਏ। ਸੰਤ ਕਾ ਮਾਰਗ ਕੋ, ਵੱਡਿਆਂ ਭਾਗਾਂ ਵਾਲੇ ਬਣੋ। ਇਸ ਰਾਹ 'ਤੇ ਚੱਲਣ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਸੀਸ ਲਓ। ਗਰੀਬ ਨਵਾਜ ਪਾਤਸ਼ਾਹ ਨੂੰ ਕਹੋ, ਕਾਮ ਕ੍ਰੋਧ ਲੋਭ ਝੂਠ ਰੋਜ਼ ਤਰਲੇ ਪਾਇਆ ਕਰ ਨਵੇਂ ਪਾਤਸ਼ਾਹ ਕੋਲ ਆਣ ਕੇ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਨ ਤੇ ਆਪ ਛਡਾਵੋ, ਇਨ ਤੇ ਮੇਰੀ ਜਾ ਛੁੱਟਣਾ ਨਹੀਂ ਚਾਹੁੰਦੇ। ਆਵਾਜ਼ ਅੰਦਰੋਂ ਨਹੀਂ ਉੱਠੀ, ਮੈਂ ਗਿਣਤੇ ਨੇ ਕਾਮ ਕ੍ਰੋਧ ਲੋਭ ਝੂਠ ਨਿੰਦਾ। ਪਿਤਾ ਜੀ ਜਿਹੜੇ ਅੰਦਰ ਵੜ ਕੇ ਬਹਿ ਗਏ, ਮੈਨੂੰ ਕਾਬੂ ਕਰ ਲਿਆ ਏ, ਇਹਨਾਂ 'ਤੇ ਇਨ ਤੇ ਆਪ ਛਡਾਵੋ, ਇਨ ਤੇ ਆਪ ਛਡਾਵੋ, ਇਨ ਤੇ ਇਹ ਭੀਤਰ ਤੇ ਇਨ ਕੋ ਡਾਰੋ, ਇਹ ਭੀਤਰ ਤੇ ਇਨ ਕੋ ਡਾਰੋ, ਇਹ ਆਪਣ ਨਿਕਟ ਬੁਲਾਵੋ, ਆਪਣ ਨਿਕਟ ਬੁਲਾਵੋ, ਆਪਣ ਮੈਂ ਤੇਰੇ ਕੋਲ ਆਣ ਕੇ ਕਲਗੀਆਂ ਵਾਲਿਆ ਪਾਤਸ਼ਾਹ ਤਾਂ ਹੀ ਨਹੀਂ ਨਾ ਬਹਿ ਸਕਦਾ, ਮੈਂ ਕੰਮ ਹੀ ਹਾਂ। ਸੱਚ ਦੱਸੋ, ਮੈਂ ਤੇਰੇ ਕੋਲ ਆਣ ਕੇ ਕਿਉਂ ਨਹੀਂ ਬਹਿ ਸਕਦਾ? ਜੇ ਅਜੀਤ ਬਹਿ ਸਕਦਾ ਮੈਂ ਕਿਉਂ ਨਹੀਂ? ਜੇ ਜੁਝਾਰ ਬਹਿ ਸਕਦਾ ਮੈਂ ਕਿਉਂ ਨਹੀਂ? ਜੇ ਭਾਈ ਮਨੀ ਸਿੰਘ ਸਾਹਿਬ ਤੇਰੀ ਗੋਦ 'ਚ ਆਣ ਕੇ ਬਹਿ ਸਕਦਾ ਮੈਂ ਕਿਉਂ ਨਹੀਂ? ਕਸੂਰ ਤੇ ਇੰਨਾ ਹੀ ਨਾ, ਮੈਂ ਕੰਮ ਹੀ ਹਾਂ, ਮੈਂ ਕ੍ਰੋਧੀ ਹਾਂ, ਮੈਂ ਲੋਭੀ ਹਾਂ, ਮੈਂ ਮੋਹ ਦਾ ਮਾਰਿਆ ਵਾਂ, ਮੈਂ ਹੰਕਾਰੀ ਹਾਂ। ਆਖੋ ਵਾਹਿਗੁਰੂ। ਪਿਤਾ ਜੀ ਇਸੇ ਕਰਕੇ ਮੇਰੀ ਅਤੇ ਤੁਹਾਡੀ ਦੂਰੀ ਹੈ ਨਾ, ਅਤੇ ਤੁਸੀਂ ਕਿਰਪਾ ਕਰੋ ਇਹਨਾਂ ਚੀਜ਼ਾਂ ਤੋਂ। ਇਨ ਤੇ ਆਪ ਛਡਾਵੋ, ਇਨ ਤੇ ਆਪ ਛਡਾਵੋ, ਇਨ ਤੇ ਜੁੜ ਕੇ ਜੀ, ਜੁੜ ਕੇ ਸਮਝ ਕੇ, ਆਪਣ ਨਿਕਟ ਬੁਲਾਵੋ, ਆਪਣ ਨਿਕਟ ਬੁਲਾਵੋ, ਕਲਗੀਆਂ ਵਾਲਿਆ ਪਾਤਸ਼ਾਹ ਮੈਨੂੰ ਆਪਣੇ ਕੋਲ ਬੁਲਾ, ਮੈਂ ਵੀ ਤੇਰੇ ਕੋਲ ਬਹਿਣਾ ਚਾਹੁੰਦਾ, ਮੈਂ ਵੀ ਉਹ ਸਕੂਨ ਮਾਨਣਾ ਚਾਹੁੰਦਾ ਜਿਹੜਾ ਭਾਈ ਉਦੇ ਸਿੰਘ ਨੇ ਮਾਣਿਆ, ਭਾਈ ਦਇਆ ਸਿੰਘ ਨੇ ਮਾਣਿਆ। ਗਰੀਬ ਨਵਾਜ, ਇਹ ਸਾਰੇ ਸਿੱਖ ਤੇਰੇ ਨਾਲ ਬਹਿ ਕੇ ਪ੍ਰਸ਼ਾਦਾ ਛਕਦੇ ਸੀ, ਮੈਂ ਤੇ ਛਕਣ ਨੂੰ ਬਹਿ ਜੀ ਆਵਾਂ ਤੇ ਤੂੰ ਇਸ਼ਾਰਾ ਕਰੇਂਗਾ ਉੱਠ ਜਾ ਬਈ ਇੱਥੋਂ, ਮੇਰੀ ਕਰਤੂਤ ਦਾ ਤੈਨੂੰ ਪਤਾ ਹੈ, ਕਿਰਪਾ ਕਰ ਤੂੰ ਇਹਨਾਂ ਚੀਜ਼ਾਂ ਨੂੰ ਕੱਢ ਜਿਹਦੇ ਕਰਕੇ ਮੈਂ ਤੇਰੇ ਕੋਲ ਨਹੀਂ ਆਉਂਦਾ, ਜਿਹਦੇ ਕਰਕੇ ਤੇਰਾ ਅਤੇ ਮੇਰਾ ਇੱਕ ਮੰਜਾ ਨਹੀਂ ਬਣਦਾ, ਇੱਕ ਆਸਣ ਨਹੀਂ ਬਣਦਾ। ਉਹ ਚੀਜ਼ਾਂ ਮੇਰੇ ਅੰਦਰੋਂ ਕੱਢ, ਆਖੋ ਹੱਥ ਜੋੜ ਕੇ ਬਾਬੇ ਤੇਗ ਬਹਾਦਰ ਦੀ ਗੋਚ ਬਈ ਕੇ ਕਹੋ, ਸਤਿਗੁਰੂ ਜਿਹਦੇ ਕਰਕੇ ਤੂੰ ਅਤੇ ਮੈਂ ਇੱਕ ਆਸਣ 'ਤੇ ਨਹੀਂ ਬਹਿ ਸਕਦੇ, ਉਹ ਚੀਜ਼ ਮੇਰੇ ਅੰਦਰੋਂ ਕੱਢ ਦੇ। ਅੱਜ ਦੇ ਸ਼ਬਦ ਦੀ ਵਿਚਾਰ ਕਰੀਏ, ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ, ਉਹਨੂੰ ਇੱਕ ਵਾਰ ਫਿਰ ਰਿਪੀਟ ਕਰ ਲਓ, ਰਾਮ ਕਿਹਾ, ਅੱਲਾ ਕਿਹਾ,
ਤੀਰਥ ਨਹਾਤਾ, ਹੱਜ ਕੀਤਾ ਤਾਂ ਪ੍ਰਮਾਣ ਆ ਜੇ ਹੁਕਮ ਪਛਾਣੋਗੇ ਤੇ। ਸਿੱਖ ਨੂੰ ਕੀ ਹੁਕਮ ਹੈ? ਮੁਸਲਮਾਨ ਆਪਣਾ ਜਾਣੇ, ਹਿੰਦੂ ਆਪਣਾ ਜਾਣੇ, ਸਿੱਖ ਨੂੰ ਕੀ ਹੁਕਮ ਹੈ? ਸਤਿਗੁਰ ਕਾ ਜੋ ਸੋ ਭਲਕੇ ਉੱਠ, ਜਪਣਾ ਸ਼ੁਰੂ ਕਰੋ, ਵਾਹਿਗੁਰੂ 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 ਵਾਹਿ, ਆਖੋ ਸਤਿਨਾਮ ਸ੍ਰੀ। ਅੱਜ ਦੇ ਸਲੋਕ ਨੂੰ ਚੰਗੀ ਤਰ੍ਹਾਂ ਸੁਣੋ, ਗੋਡਿਆਂ 'ਤੇ ਹੱਥ ਫੇਰੋ, ਸੁਸਤੀ ਨਾ ਪਵੇ। ਅੱਜ ਦਾ ਸਲੋਕ ਆ ਭੈ ਭੰਜਨ। ਭੈ ਭੰਜਨ ਦਾ ਮਤਲਬ ਡਰ ਦੂਰ ਕਰਨ ਵਾਲਾ, ਡਰਾਂ ਨੂੰ ਭੰਨਣ ਵਾਲਾ। ਅਗਨਾਸ, ਅਗਨਾਸ ਮਨੇ, ਮਨ ਦੇ ਵਿੱਚੋਂ ਸਾਰੇ ਪਾਪਾਂ ਦਾ, ਉੱਚੀ ਬੋਲੋ ਨਾ ਫਿਰ ਆਨੰਦ ਆਊਗਾ। ਪਹਿਲੋਂ ਸਾਰੇ ਡਰ ਦੂਰ ਕਰਨ ਵਾਲਾ, ਦੂਸਰੇ ਸਟੈਪ 'ਤੇ ਤੇਰੇ ਮਨ ਵਿੱਚੋਂ ਜਿਹੜੇ ਪੈਦਾ ਹੋ ਰਹੇ ਨੇ ਪਾਪ ਤੇਰੇ ਵਿਚਾਰਾਂ ਕਰਕੇ, ਉਹ ਸਾਰਿਆਂ ਨੂੰ ਨਾਸ ਕਰਨ ਵਾਲਾ। ਆਖਿਆ ਜੀ ਕੀ ਕਰਾਂ? ਕਹਿੰਦੇ ਮਨੇ ਅਰਾਧ ਹਰੇ, ਮਨੇ ਆਪਣੇ ਮਨ ਵਿੱਚ ਉਸ ਵਾਹਿਗੁਰੂ ਦੀ ਆਰਾਧਨਾ ਕਰ ਜਿਹੜਾ ਡਰ ਦੂਰ ਕਰਦਾ ਹੈ, ਜਿਹੜਾ ਮਨ ਦੇ ਵਿੱਚ ਪਾਪਾਂ ਨੂੰ ਪੈਦਾ ਹੀ ਨਹੀਂ ਹੋਣ ਦਿੰਦਾ, ਮਾੜੇ ਵਿਚਾਰ ਨਹੀਂ ਆਉਣ ਦਿੰਦਾ। ਮਾੜੇ ਵਿਚਾਰ ਦੇ ਵਿੱਚੋਂ ਹੀ ਸਾਰੇ ਪਾਪ ਪੈਦਾ ਹੁੰਦੇ ਨੇ। ਜਿੱਦਣ ਤੁਹਾਡੇ ਮਨ 'ਚ ਵਿਚਾਰ ਆਉਂਦਾ ਕਿਸੇ ਦਾ ਘਰ ਲੁੱਟੀਏ, ਫਿਰ ਘਰ ਲੁੱਟਿਆ ਜਾਂਦਾ, ਫਿਰ ਪਾਪ ਸ਼ੁਰੂ ਹੁੰਦੇ, ਪਾਪ 'ਤੇ ਪਾਪ, ਪਾਪ 'ਤੇ ਪਾਪ, ਪਾਪ 'ਤੇ ਪਾਪ, ਗਾਂ ਫਿਰ ਜੜ ਵੱਜ ਜਾਂਦੇ। ਮੈਂ ਇੱਕ ਵਾਰ ਵਚਨ ਕੀਤਾ ਸੀ ਯੂਟਿਊਬ 'ਤੇ, ਅੱਖ ਵਾਹਿਗੁਰੂ ਗੱਜ ਕੇ ਬੋਲੋ। ਤੁਹਾਡੇ ਵਿੱਚੋਂ ਤਾਂ ਸ਼ਾਇਦ ਕਿਸੇ ਵੇਖਿਆ ਨਹੀਂ, ਘਾਹ ਦੀ ਤਿੜ ਹੁੰਦੀ, ਘਾਹ ਦੀ ਤਿੜ ਨਹੀਂ, ਘਾਹ ਆ ਜਿਹੜਾ ਥੱਲੇ ਘਾਹ ਵਿਛਿਆ ਹੁੰਦਾ, ਇਹਦੀ ਇੱਕ ਤਿੜ ਬਣਦੀ। ਇਹਦੀ ਜੜ ਪੁੱਟ ਵੀ ਦਿਓ ਨਾ, ਜਿੱਥੋਂ ਪੈਦਾ ਹੋਇਆ ਉੱਥੋਂ ਪੁੱਟ ਦਿਓ, ਮਗਰ ਉਹ ਅੱਗੇ ਬੜੀ ਜਗ੍ਹਾ 'ਤੇ ਜੜਾਂ ਲਾ ਬੈਠਾ ਹੈ, ਨਹੀਂ ਬਦਲ। ਅੱਗੇ ਬੜੀ ਜਗ੍ਹਾ 'ਤੇ ਆਪਣੀਆਂ ਜੜਾਂ, ਤੁਸੀਂ ਮੂਲ ਜੜ ਉਹਦੀ ਪੁੱਟ ਵੀ ਦਿੰਦੇ ਹੋ, ਅਗਲੀਆਂ ਜੜਾਂ ਤੋਂ ਫਿਰ ਪ੍ਰਫੁੱਲਿਤ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਅੰਦਰ ਬੰਦੇ ਦੇ ਪਾਪ ਨੇ, ਪਾਪ ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਵੱਧਦਾ ਹੈ, ਪਾਪਾਂ ਦਾ ਜਾਲ ਬਣਦਾ ਹੀ ਜਾਂਦਾ ਹੈ। ਆਖੋ ਵਾਹਿਗੁਰੂ। ਸਾਹਿਬ ਜੀ ਕਹਿੰਦੇ ਤੂੰ ਇਤਨਾ ਕਰ, ਜਿਹੜਾ ਡਰ ਦੂਰ ਕਰਨ ਵਾਲਾ ਹੈ, ਪਾਪ ਨਾਸ ਕਰਨ ਵਾਲਾ ਹੈ, ਉਹਨੂੰ ਅਰਾਧਿਆ ਕਰ। ਆਖੋ ਵਾਹਿਗੁਰੂ ਉਹਨੂੰ। ਕਹਿੰਦਾ ਮਹਾਰਾਜ ਅਰਾਧਾ ਮੈਂ, ਜਿੱਦਣ ਰੈਣ ਸਭਾਈ ਹੁੰਦੀ ਸਾਰੀ ਰਾਤ ਮੈਂ ਵੀ ਬਹਿ ਕੇ ਨਾਲ ਜਪ ਕੇ ਆਉਣਾ ਗੁਰੂ ਕੇ ਪਿਆਰੇ ਸਿੱਖਾਂ ਦੇ। ਆਖੋ ਵਾਹਿਗੁਰੂ। ਜਿੱਦਣ ਉੱਥੇ ਸਿਮਰਨ ਹੁੰਦਾ ਉੱਥੇ ਵੀ ਮੈਂ ਜਾਣਾ, ਉੱਥੇ ਨਾਮ ਜਪਦਾ। ਕਹਿੰਦਾ ਨਹੀਂ ਨਹੀਂ ਤੂੰ ਜਪਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਮਨੋ ਨਹੀਂ ਜਪਦਾ। ਮਨੇ ਅਰਾਧ ਹਰੇ, ਬੋਲੋ ਹਾਂ, ਮਨ ਕਰਕੇ ਥੋੜ੍ਹਾ, ਮਨ ਕਰ ਕਬੂ ਨਾ ਹਰ ਗੁਣ ਗਾਇਓ, ਬੋਲੋ ਭਲਾ। ਨਹੀਂ ਸਾਰਿਆਂ ਦੀ ਆਵਾਜ਼ ਨਹੀਂ ਆਈ, ਗਾਉਂਦਾ ਹੈ। ਮਨ ਕਰ ਕਬੂ ਨਾ ਹਰ ਗੁਣ ਗਾਇਓ, ਮਨ ਕਰ। ਉੱਤੋਂ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਹੈ, ਮਨ ਵਿੱਚ ਪਤਾ ਨਹੀਂ ਕਿੱਥੇ ਸੈਰਾਂ ਕਰਦਾ ਫਿਰਦਾ ਹੈ। ਮਨ ਕਰਕੇ ਜਿੱਦਣ ਜਪੇਗਾ ਨਾ ਗੁਰੂ ਕਿਆ ਸਿੱਖਾ, ਸਾਰੇ ਘਾਹ ਦੀ ਤਿੜ ਨੂੰ ਇੱਕੇ ਵਾਰੀ ਪੁੱਟ ਕੇ ਲੈ, ਉਹ ਇੰਨਾ ਬਲਵਾਨ ਆ, ਸਾਰੇ ਪਾਪ ਨਾਸ ਕਰ। ਜਿਹੜੀ ਘਰ ਦੀ ਘਾਹ ਦੀ ਤਿੜ ਵੱਜੀ ਨਾ ਗਾਂ ਦੀ ਗਾਂ, ਉਹਨੇ ਫੜਨੀ ਉੱਥੋਂ ਆ। ਉਹਦੇ ਫੜਨ ਦਾ ਤਰੀਕਾ ਹੈ ਵੀ ਐਂ ਜੜ ਨੂੰ ਸਾਰੀ ਨੂੰ ਉਹਨੇ ਪੁੱਟ ਲਿਆਉਣਾ ਹੈ, ਕਿਉਂਕਿ ਗੁਰੂ ਮਹਿਰਮ ਆ, ਗੁਰੂ ਉਸਤਾਦ ਆ, ਗੁਰੂ ਨੂੰ ਹਰ ਗੱਲ ਦਾ ਪਤਾ, ਇਸ ਗੱਲ ਨਾਲ ਕਿਤਰਾ ਨਿਪਟਣਾ ਹੈ, ਇਸ ਗੱਲ ਨਾਲ ਕਿਤਰਾ ਨਿਪਟਣਾ ਹੈ। ਇਸ ਕਰਕੇ ਮਹਾਰਾਜ ਪਾਤਸ਼ਾਹ ਕਹਿੰਦੇ ਮਨ 'ਚ ਆਰਾਧਨਾ ਕਰ,
ਸੰਤ ਸੰਗ ਜਿਹ ਰਿਧ ਬਸਿਓ, ਬੋਲੋ ਸਤਸੰਗਤ ਚ ਬਹਿ ਕੇ ਜਿਹਦੇ ਹਿਰਦੇ ਚ ਵਸ ਗਿਆ ਨਾਨਕ ਤੇ ਨਾ ਭਰਮੇ। ਸਤਸੰਗਤ ਚ ਬਹਿ ਕੇ ਜਿਹਨਾਂ ਦੇ ਮਨ ਚ ਵਸ ਗਿਆ ਨਾ ਸੱਚਮੁੱਚੀ, ਮੈਂ ਇੱਥੇ ਇੱਕ ਗੁਰੂ ਕਾ ਸਿੱਖ, ਬਹੁਤ ਦੇਰ ਹੋ ਗਈ ਹੁਣ ਤੇ ਸਾਈਕਲ 'ਤੇ ਆਉਂਦੇ ਹੁੰਦੇ ਸੀ ਸਰਦਾਰ ਜੀ, ਮੈਨੂੰ ਨਹੀਂ ਪਤਾ ਉਹਨਾਂ ਦਾ ਨਾਂ ਕੀ ਹੈ, ਪੁਰਾਤਨ ਨਾਂ ਤਾਂ ਇੱਥੇ ਘੁੰਮ ਸਿੰਘ ਦਿਸਦਾ ਮੈਨੂੰ, ਅੱਖ ਵਾਹਿਗੁਰੂ ਉੱਚੀ ਬੋਲੋ। ਕਈ ਸਾਲ ਲਗਾਤਾਰ ਉਹਨੇ ਸਾਈਕਲ 'ਤੇ ਰੱਦੀ ਦਾ ਕੰਮ ਕਰਦਾ ਸੀ, ਰੱਦੀ ਚੁੱਕਦਾ ਸੀ, ਅਖਬਾਰਾਂ ਇਕੱਠੀਆਂ ਕਰਨੀਆਂ, ਕਾਗਜ਼ ਇਕੱਠੇ ਕਰਨੇ, ਉਸੇ ਤਰ੍ਹਾਂ ਉਹ ਬੋਰੀਆਂ ਉਹਨੇ ਪਿੱਛੇ ਲਮਕਾਈਆਂ ਹੁੰਦੀਆਂ ਸੀ, ਅਤੇ ਸਵੇਰੇ 2:30-3 ਵਜੇ ਪ੍ਰਕਾਸ਼ ਜਦੋਂ ਹੋ ਕੇ ਸ੍ਰੀ ਸੁਖਮਨੀ ਸਾਹਿਬ ਆਰੰਭ ਹੁੰਦਾ ਹੈ। ਇੱਕ ਦਿਨ ਨਹੀਂ, ਦੋ ਦਿਨ ਨਹੀਂ, 3 ਦਿਨ ਨਹੀਂ, ਆਪਣੀ ਜ਼ਿੰਦਗੀ ਦੇ ਘੱਟ ਤੋਂ ਘੱਟ 50 ਸਾਲ ਉਹਨੇ ਇਸ ਤਾਬਿਆਂ 'ਤੇ ਬਹਿ ਕੇ ਸੁਖਮਨੀ ਸਾਹਿਬ ਪੜ੍ਹਿਆ। ਮਗਰ ਜਿੱਦਣ ਮੈਂ ਪਹਿਲੀ ਵਾਰ ਵੇਖਿਆ, ਉੱਦਣ ਵੀ ਗਰੀਬ, ਅਤੇ ਜਿੱਦਣ ਅੰਤਲੀ ਘੜੀ ਮੈਂ ਉਹਦੇ ਦੀਦਾਰ ਕਰਦਾ ਵੀ ਪਤਾ ਲੱਗਾ ਉਹਨੇ ਸਰੀਰ ਛੱਡਤਾ, ਉੱਦਣ ਵੀ ਗਰੀਬ, ਭਰਮ 'ਚ ਨਹੀਂ ਪਿਆ ਵੀ ਤੇਗ ਬਹਾਦਰ ਬਾਪੂ ਮੈਂ ਤੇਰੇ ਘਰ ਸੁਖਮਨੀ ਪੜ੍ਹਿਆ, ਮੈਨੂੰ ਮਾਇਆ ਦੇ ਦੇ। ਕਹਿੰਦਾ ਸੀ ਪ੍ਰੀਤ ਜੋੜੀ ਰੱਖੀ। ਜਦੋਂ ਕਦੀ ਉਹਨੇ ਮਿਲਣਾ ਥੱਲੇ, ਇੱਥੇ ਪਰਚੀਆਂ ਕੱਟਦੇ ਹੁੰਦੇ ਸੀ, ਪਰਚੀਆਂ ਦੇ ਕੋਲ ਉਹਨੇ ਸਾਈਕਲ ਲਾਇਆ ਹੁੰਦਾ, ਜਦੋਂ ਮਿਲਣਾ ਉਹਨੇ ਇਹੀ ਕਹਿਣਾ, ਮੈਂ ਬਾਬੇ ਤੇਗ ਬਹਾਦਰ ਪਾਤਸ਼ਾਹ ਕੋਲੋਂ ਇਹੋ ਹੀ ਮੰਗਦਾ, ਮੇਰੀ ਪ੍ਰੀਤੀ ਬਣੀ ਰਵੇ। ਮਾਇਆ ਮਿਲ ਜਾਂਦੀ ਤਾਂ ਭਰਮ 'ਚ ਪੈ ਜਾਂਦਾ, ਅੱਖ ਵਾਹਿਗੁਰੂ। ਗੱਡੀਆਂ ਮਿਲ ਜਾਂਦੀਆਂ, ਵੱਡੀਆਂ ਕੋਠੀਆਂ ਫਰੈਂਡਸ ਕਲੋਨੀ 'ਚ ਮਿਲ ਜਾਂਦੀਆਂ ਤਾਂ ਭਰਮ 'ਚ ਪੈ ਜਾਂਦਾ। ਉਹਨੇ ਕਿਹਾ ਬਾਪੂ ਮੇਰੀ ਪ੍ਰੀਤੀ ਨੂੰ ਆਂਚ ਨਾ ਆਵੇ, ਮੇਰੀ ਪ੍ਰੀਤੀ ਤੇਰੇ ਚਰਨਾਂ ਨਾਲ ਬਣੀ ਰਵੇ। ਇੱਥੇ ਵੀ ਲਿਖਿਆ ਸੰਤ ਸੰਗ ਜੇ ਰਿਧ ਬਸਿਓ, ਸਤਸੰਗ ਜਾਣ ਕੇ ਜਿਹਦੇ ਹਿਰਦੇ 'ਚ ਵਾਹਿਗੁਰੂ, ਨਾਨਕ ਤੇ ਨਾ ਭਰਮੇ, ਨਾਨਕ। ਇੱਥੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਵੀ ਆਉਂਦੇ ਜਿਹੜੇ ਕੇਵਲ ਕਹਿੰਦੇ, ਇਹਨਾਂ ਨੇ ਗੁਰਦੁਆਰੇ ਵੰਡੇ ਦਿੱਲੀ ਵਾਲਿਆਂ, ਅੱਖ ਵਾਹਿਗੁਰੂ ਉੱਚੀ ਬੋਲਿਆ ਕਰੋ। ਨਾਮ ਲੈਣਾ ਹੈ ਤੇ ਨਾਨਕ ਪਿਓ ਸਾਹਿਬ ਜਾਓ, ਬਿਮਾਰੀ ਦੂਰ ਕਰਨੀ ਹੈ ਤੇ ਬੰਗਲਾ ਸਾਹਿਬ ਜਾਓ, ਧੀਆਂ ਪੁੱਤ ਮੰਗਣੇ ਨੇ ਤੇ ਮਜਨੂੰ ਟੇਲੇ ਗੁਰੂ ਹਰਗੋਬਿੰਦ ਸਾਹਿਬ ਕੋਲੋਂ ਮੰਗੋ, ਅੱਖ ਵਾਹਿਗੁਰੂ। ਅਮਰ ਦੀ ਦਾਤ ਲੈਣੀ ਆ ਤੇ ਮੋਤੀ ਬਾਗ ਗੁਰਦੁਆਰੇ ਜਾਓ, ਅੱਖ ਵਾਹਿਗੁਰੂ। ਜੇ ਪੈਸੇ ਚਾਹੀਦੇ ਨੇ ਇੱਥੇ ਆਓ, ਇੱਥੇ ਪੈਸੇ ਬੜੇ ਮਿਲਦੇ ਨੇ ਸੱਚਮੁੱਚ, ਕਈ ਪਰ ਤੇ ਦੇ ਵੀ ਦਿੰਦਾ ਏ। ਜਿਹਨੇ ਇੱਥੋਂ ਪੈਸੇ ਮੰਗੇ ਤੇ ਪੈਸੇ ਲੈ ਗਿਆ, ਉਹਦੇ ਜਿੱਡਾ ਮੰਦ ਭਾਗਾ ਕੋਈ ਨਹੀਂ। ਇੱਥੇ ਆਣ ਕੇ ਕਿਤੇ ਕਹਿੰਦੋ ਮਹਾਰਾਜ ਨਾਮ ਦੇ, ਭੁੱਖਾ ਤੇ ਤੂੰ ਮਰਨ ਨਹੀਂ ਦੇਣਾ। ਫਿਰ ਜਿਹਦੇ ਕੋਲ ਨਾਮ ਆ, ਪ੍ਰਭ ਕੇ ਸਿਮਰਨ ਕਾਰਜ ਬੋਲਿਆ ਕਰੋ, ਪ੍ਰਭ ਕੇ। ਤੇ ਜਿਹਨਾਂ ਨੇ ਪੈਸੇ ਮੰਗੇ ਉਹਨਾਂ ਨੂੰ ਪੁੱਛ ਕੇ ਵੇਖੋ, ਤੁਸੀਂ ਝੂਰਦੇ ਨਹੀਂ, ਝੂਰਦੇ ਨਹੀਂ ਤੁਸੀਂ? ਜਿਹਨਾਂ ਜਿਹਨਾਂ ਨੇ ਦੌਲਤ ਮੰਗੀ ਇੱਥੋਂ ਆਣ ਕੇ, ਕਿਹਦੇ ਕੋਲੋਂ? ਗੁਰੂ ਤੇਗ ਬਹਾਦਰ ਸਾਹਿਬ ਕੋਲੋਂ। ਉਹਨਾਂ ਨੂੰ ਪੁੱਛੋ ਤੁਸੀਂ ਝੂਰਦੇ ਨਹੀਂ? ਇਕਾਗਰ ਰਹੋ ਭਈ, ਤੁਸੀਂ ਬੱਚੇ ਗੁਰਦੁਆਰੇ ਨਹੀਂ ਆਉਂਦੇ? ਮਾਇਆਧਾਰੀ ਦੇ ਬੱਚੇ ਗੁਰਦੁਆਰੇ ਨਹੀਂ ਆਉਂਦੇ? ਮਾਇਆਧਾਰੀ ਦੇ ਬੱਚਿਆਂ ਨੇ ਟੋਪੀਆਂ ਪਾਈਆਂ ਸਿਰਾਂ ਦੇ ਉੱਤੇ, ਕੈਪ ਪਾਈ ਆ, ਪਿੱਛੇ ਜੂੜੇ ਕੀਤੇ ਨੇ, ਇਹ ਸਾਰੇ ਕ੍ਰਿਸ਼ਮੇ ਮਾਇਆ ਦੇ ਨੇ। ਕਿਤੇ ਗੁਰੂ ਨੂੰ ਤੂੰ ਕਹਿੰਦਾ ਮੈਨੂੰ ਅਸੀਸ ਦੇ, ਅਤੇ ਉਸ ਅਸੀਸ ਵਿੱਚੋਂ ਤੈਨੂੰ ਰੋਟੀ ਤੋਂ ਵੀ ਭੁੱਖਾ ਨਹੀਂ ਸੀ ਮਰਨ ਦੇਣਾ ਉਹਨੇ, ਅੱਖ ਵਾਹਿਗੁਰੂ। ਕੀ ਨਹੀਂ ਸੀ? ਰੋਟੀ ਤੋਂ ਵੀ, ਅਤੇ ਘਰ ਤੋਂ ਰਹਿ ਤਾਂ ਨਹੀਂ ਸੀ ਰਹਿਣ ਦੇਣਾ, ਘਰ ਵੀ ਤੈਨੂੰ ਦਿੰਦਾ, ਮਗਰ ਉਸ ਘਰ ਵਿੱਚ ਸ੍ਰੀ ਰਹਿਰਾਸ ਦਾ ਪਾਠ ਹੁੰਦਾ, ਉਸ ਘਰ ਦੇ ਵਿੱਚ ਕਿਤੇ ਇਬਾਦਤ ਹੁੰਦੀ,
ਜਿਹੜਾ ਘਰ ਇਹਦੀ ਅਸੀਸ ਵਿੱਚੋਂ ਮਿਲਿਆ ਹੁੰਦਾ। ਨਹੀਂ ਪਤਾ ਲੱਗ ਰਿਹਾ ਜੀ, ਮੈਂ ਅਸੀਸ ਨਹੀਂ ਮੰਗੀ, ਮੈਂ ਸਿੱਧਾ ਹੀ ਡਾਇਰੈਕਟ ਹੀ ਉਹਦੀ ਅਸੀਸ ਵੇਖ, ਆਖੋ ਵਾਹਿਗੁਰੂ ਪੁੱਤਾ ਮਾਤਾ ਕੀ। ਪਹਿਲਾ ਅਸੀਸ ਦਾ ਸ਼ਬਦ ਆ ਨਿਮਖ ਨਾ ਵਿਸਰੋ ਤੁਮਕੋ ਹਰ ਹਰ। ਅਸੀਸ ਦਾ ਬੇਸ ਬਣਾਉਣ ਲੱਗਾ, ਤੈਨੂੰ ਇੱਕ ਨਿਮਖ ਮਾਤਰ ਵੀ ਰੱਬ ਨਾ ਭੁੱਲੇ। ਅੱਗੇ ਲਿਖਿਆ ਰੰਗ ਤਮਾਸ਼ਾ, ਆ ਵੇਖ ਸਾਰੀਆਂ ਪੂਰੀਆਂ ਹੋਣਗੀਆਂ। ਤੂੰ ਬੇਸ 'ਤੇ ਬਣਾਇਆ ਨਹੀਂ, ਮਹਿਲ ਬਣਾਉਣਾ ਚਾਹੁੰਦਾ। ਤੂੰ ਨੀਂਹ 'ਤੇ ਰੱਖੀ ਨਹੀਂ ਅਤੇ ਚਾਹੁੰਦਾ ਉੱਤੇ ਮਹਿਲ ਬਣ ਜੇ, ਇਤਨਾ ਨਹੀਂ ਬਣਦਾ। ਆਖੋ ਵਾਹਿਗੁਰੂ। ਪਹਿਲੋਂ ਤੂੰ ਕਹੋ ਮਾਲਕ ਤੇਰਾ ਪਹਿਲਾ ਬਚਨ ਮੈਂ ਝੋਲੀ 'ਚ ਪਵਾਇਆ, ਨਿਮਖ ਨਾ ਵਿਸਰੋ ਸਦਾ ਭਜੋ। ਅਤੇ ਅਗਲਾ ਬਚਨ ਤੁਸੀਂ ਮੇਰੀ ਝੋਲੀ 'ਚ ਪਾਇਆ ਵੀ ਰੰਗ ਤਮਾਸ਼ਾ ਪੂਰਨ ਆਸਾ। ਵੇਖੋ ਸਾਰਾ ਤੇਰੇ ਘਰ 'ਚ ਰੰਗ ਤਮਾਸ਼ੇ ਵੀ ਰਹਿਣਗੇ, ਤੇਰੀ ਹਰ ਗੱਲ ਵੀ ਪੂਰਨ ਹੋਊਗੀ। ਅਤੇ ਤੀਸਰੇ ਪੜਾਅ 'ਤੇ ਅਣਖਿਆ ਕਬੂ ਨਾ ਵਿਆਪੇ ਚਿੰਤਾ। ਲੈ ਹੋਰ ਕੀ ਚਾਹੀਦਾ ਜੀ, ਮਗਰ ਤੂੰ ਸਿੱਧਾ ਹੀ ਫਲ ਨੂੰ ਹੱਥ ਪਾਇਆ। ਆਖੋ ਵਾਹਿਗੁਰੂ। ਇਤਨਾ ਨਹੀਂ, ਮੇਰਾ ਸਾਹਿਬ ਕਹਿੰਦਾ ਨਾਨਕ ਤੇ ਨਾ ਭਰਮੇ, ਜਿਹਨਾਂ ਸਤਸੰਗਤ ਕੀਤੀ ਉਹ ਕਦੇ ਭਰਮੇ ਨਹੀਂ। ਪੌੜੀ ਵਿੱਚ ਜਾ ਕੇ ਸਰਕਾਰ ਨੇ ਬੜੇ ਸੋਹਣੇ ਬਚਨ ਕੇ ਤੁਹਾਨੂੰ ਸਾਰਿਆਂ ਨੂੰ, ਮੈਨੂੰ ਸਾਰਿਆਂ ਨੂੰ, ਪੱਬਾ ਪਰਮ ਮਟਾਵੋ ਆਪਣਾ, ਪੱਬਾ ਪਰਮ ਮਟਾਵੋ ਆਪਣਾ, ਪੱਬਾ ਕੱਲ ਕੀ ਸੀ ਬੱਬਾ ਚੇਤਾ ਹੈ? ਕੱਲ ਬੱਬੇ ਦੀ ਵੀ ਆਖਿਆ ਹੋਈ ਸੀ। ਅੱਜ ਇੱਕ ਵਾਰ ਪੱਬਾ ਲਿਆ ਕੇ ਸਾਹਮਣੇ, ਅਤੇ ਪੱਬੇ ਤੋਂ ਗੁਰੂ ਸਾਨੂੰ ਕੀ ਸਮਝਾ ਰਿਹਾ, 52 ਅੱਖਰੀ ਦੇ ਵਿੱਚ ਇੱਕ ਇੱਕ ਅਕਸ਼ਰ ਤੋਂ ਕੋਈ ਉਪਦੇਸ਼ ਦੇ ਰਿਹਾ ਗੁਰੂ। ਪੱਬਾ ਪਰਮ ਮਟਾਵੋ ਆਪਣਾ, ਪੱਬਾ ਪਰਮ ਮਟਾਵੋ ਆਪਣਾ, ਪੱਬਾ ਕੀ ਭਰਮੇ ਆ ਜੀ। ਆਖੋ ਵਾਹਿਗੁਰੂ। ਤੂੰ ਇਸ ਸੰਸਾਰ ਨੂੰ ਸਥਿਰ ਕਰਕੇ ਮਨ ਬੈਠਾ ਹੈ, ਜਗ ਜੀਵਨ ਐਸਾ ਆਉਂਦੀ ਹੈ ਤੇ ਬੋਲੋ ਨਾ, ਤੇ ਤੂੰ ਇਹਨੂੰ ਸੱਚ ਕਰਕੇ ਗੰਢ ਬੰਨ ਕੇ ਬੈਠਾ ਹੈ, ਇਹ ਸੱਚ ਨਹੀਂ। ਆਖੋ ਵਾਹਿਗੁਰੂ। ਕੂੜ ਰਾਜਾ ਕੂੜ ਪ੍ਰਜਾ ਕੂੜ ਸਭ, ਇਹ ਸਭ ਕੁਝ ਕੀ ਹੈ? ਝੂਠ ਆ। ਅਤੇ ਉਸ ਝੂਠ ਨੂੰ ਤੂੰ ਸੱਚ ਮੰਨ ਕੇ ਅਤੇ ਉਹਦੇ ਨਾਲ ਬਹਿ ਗਿਆ, ਇਹ ਹੀ ਤੇਰਾ ਭਰਮ ਆ ਵੀ ਇਸ ਦੁਨੀਆ ਨੂੰ। ਤੁਸੀਂ ਆ ਸ਼ਬਦ ਪੜ੍ਹੋ, ਇਹ ਜੋ ਦੁਨੀਆ ਸ਼ਹਿਰ ਨਹੀਂ ਸਿਹਰ। ਸੁਣੋ ਜੀ, ਗੁਰਮੀਤ ਸਿੰਘ ਜੀ ਧਿਆਨ ਨਾਲ ਸੁਣੋ, ਸਿਹਰ ਸੱਸੇ ਨੂੰ ਸਿਹਾਰੀ ਹਾਹਾ ਤੇਰਾ ਰਾਹ। ਮੇਰਾ ਬਾਬਾ ਕਹਿੰਦਾ ਇਹ ਜਿਹੜੀ ਦੁਨੀਆ ਹੈ ਨਾ, ਇਹਨੂੰ ਜਾਦੂਗਰ ਦਾ ਖੇਲ ਸਮਝ, ਜਾਦੂਗਰ। ਇਹ ਜੋ ਦੁਨੀਆ ਸਿਹਰ ਕਹਿੰਦੇ ਜਾਦੂਗਰ ਦੇ ਖੇਲ ਨੂੰ। ਹੁਣ ਜਾਦੂਗਰ ਦਾ ਖੇਲ ਤੁਸਾਂ ਵੀ ਵੇਖਿਆ, ਮੈਂ ਵੀ ਵੇਖਿਆ, ਜਿਹਨਾਂ ਨਹੀਂ ਅੱਗੇ ਵੇਖਿਆ ਉਹਨਾਂ ਦੀ ਕਹਾਣੀ ਵੱਖਰੀ। ਜਿਹਨਾਂ ਨੇ ਜਾਦੂਗਰ ਨੂੰ ਵੇਖਿਆ, ਖਾਲੀ ਝੋਲਾ ਲੈ ਕੇ ਆਉਂਦਾ ਹੈ ਕੀ, ਫਿਰ ਬੋਲੋ, ਅਤੇ ਇਤਨਾ ਲਿਆ ਕੇ ਅਤੇ ਉਹਨੂੰ ਝੋਲੇ ਨੂੰ ਫੜ ਕੇ ਪਿਛਲੇ ਪਾਸਿਓਂ ਅਤੇ ਤਣੀਆਂ ਵਾਲੇ ਪਾਸਿਓਂ ਇਸ ਤਰ੍ਹਾਂ ਝਾੜਦਾ ਹੈ ਵੀ ਵੇਖੋ ਇਸ ਝੋਲੇ ਦੇ ਵਿੱਚ, ਉੱਚੀ ਬੋਲੋ। ਮਗਰ 2 ਮਿੰਟ ਬਾਅਦ ਕੋਈ ਕਹਿੰਦਾ ਬਾਪੂ ਪ੍ਰੈਸ ਕੱਢ ਕੇ ਵਿਖਾ ਜਾਦੂ ਨਾਲ, ਅਤੇ ਉਸ ਵੇਲੇ ਉਸ ਖਾਲੀ ਝੋਲੇ ਦੇ ਵਿੱਚੋਂ ਪ੍ਰੈਸ ਕੱਢ ਦਿੰਦਾ। ਬਾਪੂ ਫੋਨ ਕੱਢ ਕੇ ਵਿਖਾ, ਫੋਨ ਕੱਢ ਕੇ ਵਿਖਾ ਦਿੰਦਾ।
ਕਈ ਸ਼ਰਾਬ ਪੀਣ ਵਾਲੇ ਕਹਿੰਦੇ ਸ਼ਰਾਬ ਦੀ ਬੋਤਲ ਕੱਢ ਕੇ ਵਿਖਾਓ, ਉਹ ਵੀ ਵਿਖਾ ਦਿੰਦਾ। ਇਹ ਸੋਚਦਾ ਵੀ ਜਿੰਨੀਆਂ ਚੀਜ਼ਾਂ ਟੇਬਲ 'ਤੇ ਪਈਆਂ ਨੇ ਸੱਚਮੁੱਚ ਹੀ ਹੈਗੀਆਂ, ਹੈ ਜਾਦੂ ਦੀ ਬਣਾਈ ਚੀਜ਼। ਅਤੇ ਜਾਦੂ ਦੀ ਚੀਜ਼ ਬਣਾਈ ਦਾ ਇੱਕ ਵੱਡਾ ਪਛਾਣ, ਦਿਸਦੀ ਹੈ ਹੱਥ 'ਚ ਨਹੀਂ ਆਉਂਦੀ, ਦਿਸਦੀ ਹੈ। ਇੱਥੇ ਕਿੰਨੇ ਆਏ ਗੁਰਮੁਖੋ ਪਿਆਰਿਓ, ਕਿੰਨੇ ਆਏ ਰਵਿੰਦਰ ਸਿੰਘ ਜੀ, ਸਾਰਿਆਂ ਨੇ ਜਿੰਨਾ ਚਿਰ ਦਿਸਦੀ ਰਹੀ ਉਹਨਾਂ ਚਿਰ ਜੱਫੀਆਂ ਪਾ ਛੱਡੀਆਂ। ਜਿਸ ਦਿਨ ਜਾਣ ਲੱਗੇ ਖੁੱਲ੍ਹੀ ਅੱਖ ਬੰਦ ਹੋ ਗਈ ਅਤੇ ਹੱਥ ਵਿੱਚ, ਬੋਲੋ ਨਾ, ਇਹ ਜੋ ਦੁਨੀਆ ਸਿਹਰ ਮੇਲਾ, ਇਹ ਜਾਦੂਗਰ ਦਾ ਮੇਲਾ ਹੈ। ਇਹਦੇ ਨਾਲ ਜੱਫੀਆਂ ਪਾ ਕੇ ਬੈਠੇ ਹੋ, ਇਹਨੂੰ ਸੱਚ ਮੰਨ ਕੇ ਆਖੋ ਵਾਹਿਗੁਰੂ। ਇਹ ਹੀ ਭਰਮ ਆ ਜਿਹਨੂੰ ਮੇਰਾ ਬਾਬਾ ਕਹਿੰਦਾ, ਪੱਬਾ ਭਰਮ ਮਟਾਵੋ ਆਪਣਾ, ਪੱਬਾ ਭਰਮ ਮਟਾਵੋ ਆਪਣਾ, ਪੱਬਾ ਆ ਸੰਸਾਰ ਸਗਲ ਹੈ ਸੁਪਨਾ, ਆ ਸੰਸਾਰ ਸਗਲ ਹੈ ਸੁਪਨਾ, ਓ ਜਿਉਂ ਸੁਪਨਾ ਅਰ ਪੇਖਣਾ, ਐਸੇ ਜਗ ਕੋ ਮੰਨਣਾ ਜਾਣ, ਮੰਨਣਾ ਹੋਰ ਹੁੰਦਾ, ਤੁਸੀਂ ਇੱਥੇ ਬੈਠੇ ਬੈਠੇ ਮੰਨ ਜੋ ਵੀ ਇਹ ਜਾਣਦੇ ਥੋੜ੍ਹੇ ਉਹ ਸੁਪਨਾ ਹੈ। ਇਹ ਤਾਂ ਉਦਣ ਪਤਾ ਲੱਗੂ ਜਿੱਦਣ ਸੁਪਨਾ ਟੁੱਟ ਗਿਆ, ਜਿੱਦਣ ਸੁਪਨਾ ਜੋ ਖੁੱਲ੍ਹੀ ਅੱਖ ਨਾਲ ਵੇਖ ਰਿਹਾ ਉਦਣ ਨਹੀਂ ਰਹਿਣਾ ਜਿੱਦਣ ਅੱਖ ਬੰਦ ਹੋ ਗਈ। ਜੋ ਰਾਤ ਨੂੰ ਬੰਦ ਅੱਖ ਵਾਲੇ ਸੁਪਨੇ ਵਿੱਚ ਵੇਖ ਰਿਹਾ ਉਦੋਂ ਸਭ ਕੁਝ ਖੋਜਣਾ ਜਦੋਂ ਅੱਖ ਪਤਾ ਨਹੀਂ ਲੱਗ ਰਿਹਾ ਅੱਖ। ਉਦਣ ਜੋ ਰਾਤ ਵੇਖਣ ਡਿਆ ਸੀ ਉੱਥੇ ਕੁਛ ਵੀ ਨਹੀਂ, ਜਿਹਦੇ ਨਾਲ ਅੱਖ ਬੰਦ ਹੋ ਜੂਗੀ। ਜੋ ਇੱਥੇ ਚਾਂਦਨੀ ਚੌਂਕ 'ਤੇ ਪਾਰਲੀਮੈਂਟ 'ਤੇ ਦੂਸਰਾ ਵੇਖ ਰਿਹਾ ਕੁਛ ਵੀ ਨਹੀਂ ਹੋਣਾ। ਇਹਨੂੰ ਸਮਝਦਾ ਕਿਉਂ ਨਹੀਂ ਤੂੰ? ਅੱਖ ਵਾਹਿਗੁਰੂ। ਆ ਸੰਸਾਰ ਸਗਲ ਹੈ ਸੁਪਨਾ, ਮਹਾਰਾਜ ਮੇਰੇ ਤੋਂ ਬਿਨਾਂ ਵੀ ਲੋਕ ਭਰਮੇ ਕਹਿੰਦੇ, ਹਾਂ ਭਰਮੇ ਸੁਰ ਨਰ ਦੇਵੀ ਦੇਵਾ, ਬੋਲੋ ਹੌਲੀ ਬੋਲ ਦਿਓ, ਹੌਲੀ ਬੋਲ ਦਿਓ ਤਨਦੀਪ ਸਿੰਘ, ਉੱਚੀ ਬੋਲੋ ਨਾ, ਭਰਮੇ ਸੁਰ ਨਰ। ਤੂੰ ਇਕੱਲਾ ਨਹੀਂ ਭਰਮਿਆ, ਇੱਥੇ ਦੇਵੀਆਂ ਆਏ, ਦੇਵਤੇ ਆਏ, ਪੀਰ ਆਏ, ਪੈਗੰਬਰ ਆਏ, ਸਾਰੇ ਹੀ ਭਰਮ ਜਾਲ ਵਿੱਚ ਪੈ ਗਏ। ਇਹ ਸੰਸਾਰ ਸੁਪਨੇ ਨੂੰ ਦੇਵੀਆਂ ਵੀ ਵੇਖ ਕੇ ਸੱਚ ਮੰਨ ਲਿਆ, ਦੇਵਤਿਆਂ ਵੀ, ਚੰਗੇ ਚੰਗੇ ਸਿਆਣੇ ਪੁਰਸ਼ਾਂ ਨੇ ਵੀ ਇਸ ਦੁਨੀਆਂ ਦੇ ਸੁਪਨੇ ਨੂੰ ਸੱਚ ਕਰਕੇ ਮੰਨ ਲਿਆ। ਤਾਂ ਹੀ ਤਾਂ ਕਿਸੇ ਦਾ ਜਾਣ ਨੂੰ ਦਿਲ ਨਹੀਂ ਕਰਦਾ। ਅੱਖ ਵਾਹਿਗੁਰੂ। ਇੱਕ ਵਾਰ ਚੰਗੀ ਤਰ੍ਹਾਂ ਚਿੱਥੋ, ਜਦੋਂ ਬੰਦਾ ਜਾਣ ਲੱਗਦਾ ਰੋਂਦਾ ਕਿਉਂ? ਬੋਲੋ ਨਾ, ਜਾਣ ਨੂੰ ਕਿਸੇ ਦਾ ਸੁਪਨਾ ਹੀ ਐਡਾ ਸੋਹਣਾ ਹੈ। ਤੁਹਾਨੂੰ ਕਿ ਕਦੀ ਦੁਨੀਆ ਦਾ ਵੈਸੇ ਜ਼ਿੰਦਗੀ 'ਚ ਸੁਪਨਾ ਆਉਣ ਡਿਆ ਹੋਵੇ ਨਾ, ਅਤੇ ਕੋਈ ਆਣ ਕੇ ਮੋਢਾ ਫੜ ਕੇ ਹਿਲਾ ਦੇ, ਅਤੇ ਤੁਸੀਂ ਕਹਿੰਦੇ ਯਾਰ ਕਾਹਨੂੰ ਤੋੜਤਾ, ਬੜਾ ਸੋਹਣਾ ਸੁਪਨਾ ਆਉਣ ਡਿਆ ਸੀ। ਜਿਸ ਤਰ੍ਹਾਂ ਤੁਸੀਂ ਉਦੋਂ ਦੁੱਖ ਕਰਦੇ ਹੋ ਵੀ ਮੇਰਾ ਸੁਪਨਾ ਕਿਉਂ ਤੋੜਤਾ ਜੀ, ਇਤਨਾ ਹੀ ਜਿੱਦਣ ਜਮ ਆਣ ਕੇ ਕਹਿੰਦੇ ਚੱਲ ਪਈ ਚੱਲੀਏ, ਉਦਣ ਤੇਰੀਆਂ ਅੱਖਾਂ ਦੇ ਵਿੱਚੋਂ ਜਲ ਵਗਦਾ ਹੈ। ਐਡੇ ਸੁੰਦਰ ਸੁਪਨਾ ਜਿਹਦੇ 'ਚ ਮੇਰੇ ਦੋ ਪੁੱਤ ਸੀ, ਉਹ ਕੈਨੇਡਾ ਸੈੱਟ ਸੀ, ਉਹਨਾਂ ਕੋਲ ਪੈਸੇ ਸੀ, ਉਹਨਾਂ ਕੋਲ ਘਰ ਸੀ, ਇੱਕ ਘਰ ਮੇਰਾ ਇੱਥੇ ਆ। ਇੱਕ ਗਹਿਰਾ ਸੁਪਨਾ ਹੈ ਜਿਹੜਾ ਸੁਪਨਾ ਤੈਨੂੰ ਛੱਡਣ ਨੂੰ ਦਿਲ ਨਹੀਂ ਕਰਦਾ। ਅਤੇ ਸੱਜਣਾ, ਸੁਪਨਾ ਤਾਂ ਸੁਪਨਾ ਹੀ ਹੁੰਦਾ ਹੈ, ਐਵੇਂ ਚੱਕਰ 'ਚ ਪਿਆ ਹੈ।
ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਬ੍ਰਹਮ ਦੇਵਾ, ਸਿੱਧ ਸਾਧਕ ਬੜੇ ਬੜੇ ਬ੍ਰਹਮ ਦੇਵਾ, ਬ੍ਰਹਮ ਨੂੰ ਜਾਣਨ ਵਾਲੇ ਜਿਹੜੇ ਇਹ ਕਹਿੰਦੇ ਸੀ ਅਸੀਂ ਤਾਂ ਬੜੇ ਬੜੇ ਵੇਦ ਲਿਖੇ, ਬ੍ਰਹਮਾ ਵੀ ਇੱਥੇ ਭਰਮਿਆ, ਬ੍ਰਹਮੇ ਕਥ ਕਥ ਅੰਤ ਨਾ ਪਾਇਆ, ਬ੍ਰਹਮੇ ਇੰਨੀ ਵਾਰ ਰੱਬ ਨੂੰ ਕਿਹਾ, ਵੇਦ ਚਾਰ ਲਿਖਤੇ, ਪਤਾ ਲੱਗਾ ਚਾਰ ਕਿੱਡਾ ਗਿਆਨੀ ਹੋਊ, ਕਿੰਨਾ ਵਿਦਵਾਨ ਹੋਊ, ਉਹਦੀ ਵੀ ਗੱਲ ਲਿਖੀ ਵੀ ਉਹ ਵੀ ਭਰਮੇ ਆ, ਆਖੋ ਵਾਹਿਗੁਰੂ, ਲੱਭਦਾ ਰਿਹਾ ਰੱਬ ਨੂੰ, ਅਤੇ ਬਾਬੇ ਕਬੀਰ ਵਰਗੇ ਮਰਦ ਨੇ ਆਖਿਆ ਉਹਦੇ ਹੱਥ ਨਹੀਂ ਉਹ ਆਇਆ, ਬ੍ਰਹਮੇ ਕਥ ਕਥ ਅੰਤ ਨਾ ਪਾਇਆ, ਮਗਰ ਇੱਥੇ ਰਾਮ ਭਗਤ ਬੈਠੇ ਘਰ ਆਇਆ, ਜਿਹੜਾ ਰਾਮ ਦੀ ਭਗਤੀ ਕਰਨ ਵਾਲਾ ਹੈ ਰੱਬ ਉਹਦੇ ਘਰ ਆ ਗਿਆ, ਬਿਦਰ ਦੇ ਘਰ ਆ ਗਿਆ, ਆਖ ਵਾਹਿਗੁਰੂ, ਭਾਈ ਲਾਲੋ ਦੇ ਘਰ ਆ ਗਿਆ, ਭਰਮੇ ਸਿੱਧ ਸਾਧਕ ਬ੍ਰਹਮੇਵਾ, ਭਰਮ ਭਰਮ ਮਨੁੱਖ ਡਹਿਕਾਏ, ਆ ਸਾਰੀ ਦੁਨੀਆ ਦੇ ਲੋਕ ਡੋਲੇ ਕਿਉਂ ਨੇ, ਬੋਲੋ ਜੀ, ਰਜੌਰੀ ਕੱਢਣ ਵਾਲੇ ਪ੍ਰਧਾਨ ਜੀ ਬੋਲੋ ਕੀ ਮੈਂ ਕਹਿ ਰਿਹਾ, ਨਹੀਂ ਨਾ, ਭਰਮ ਭਰਮ ਮਨੁੱਖ ਡਹਿਕਾਏ ਹੁੰਦਾ ਡੋਲੇ, ਹਰ ਬੰਦਾ ਨੋਟਾਂ ਦੀ ਥੱਦੀ ਵੇਖ ਕੇ ਅਤੇ ਭਰਮ ਪਹਿਲੋਂ ਭਰਮ ਚਾਹੁੰਦਾ ਹੈ, ਕੀ ਭਰਮ ਚਾਹੁੰਦਾ, ਨਹੀਂ ਨਹੀਂ ਇਹ ਜਿਹੜੀ ਥੱਦੀ ਆ ਨਾ ਇਹਦੇ ਨਾਲ ਮੈਂ ਸੋਫਾ ਲਿਆਊਂ, ਅਤੇ ਜਿਸ ਇਸ ਥੱਦੀ ਨਾਲ ਉਹ ਆ ਗਿਆ, ਨਹੀਂ ਕੀ ਭਲਾ, ਜਿੱਥੇ ਚਾਰ ਨੇ ਚੁੱਕ ਕੇ ਖੜਨਾ ਹੈ, ਜਿਸ ਥੱਦੀ ਦੇ ਵਿੱਚੋਂ ਲੱਕੜਾਂ ਆ ਗਈਆਂ ਜਿਹਦੇ ਨਾਲ ਸਾੜਨਾ ਹੈ, ਇਹੀ ਤਾਂ ਭਰਮ ਆ, ਇਹ ਕਹਿੰਦਾ ਮੈਂ ਇਹਦੇ ਨਾਲ ਸੋਫਾ ਬਣਾਊਂਗਾ, ਉਹਨੂੰ ਪਤਾ ਹੈ ਮਾਲਕ ਨੂੰ ਵੀ ਇਹ ਪੈਸੇ ਤੇਰੇ ਕਿੱਥੇ ਲੱਗਣੇ, ਨਹੀਂ ਪਤਾ ਲੱਗਾ ਕੁੜੀਆ, ਫਿਰ ਦੱਸਦਾ ਭਰਮ 10,000 ਦੀ ਗੱਥੀ ਵੇਖੀ, 50,000 ਦੀ ਗੱਥੀ ਵੇਖੀ ਅਤੇ ਕਹਿੰਦਾ ਮੇਰੀ ਹੋ ਜਾਏ, ਉੱਥੋਂ ਬੜਾ ਛਲ ਕਰਕੇ ਸੱਚੀ ਮੁੱਚੀ ਬੜੇ ਛਲ ਜੇ ਕਰਕੇ ਉਹਦੇ ਕੋਲੋਂ 50,000 ਰੁਪਈਆ ਲੈ ਲਿਆ ਅਤੇ ਉਸੇ ਵੇਲੇ ਹੀ ਅੰਦਰ ਛੋਰ ਪਾਉਣਾ ਸ਼ੁਰੂ ਕਰਤਾ, ਉਸ 50,000 ਨੇ ਇਹਦਾ ਆਹ ਬਣਾਵਾਂਗੇ, ਇਹਦਾ ਆਹ ਬਣਾਵਾਂਗੇ, ਇਹਦਾ ਆਹ ਬਣਾਵਾਂਗੇ, ਪੈਸਾ ਇਹ ਛੋਰ ਅੰਦਰ ਸ਼ੁਰੂ ਹੋ ਗਿਆ, ਜੂਆਂ ਪੈ ਗਈਆਂ, ਸੌਣ ਨਹੀਂ ਦਿੰਦੀਆਂ, ਆਖੋ ਵਾਹਿਗੁਰੂ, ਪਤਾ ਲੱਗ ਰਿਹਾ ਉਹ ਜਿਹੜੀ 50,000 ਦੇ ਅੰਦਰ ਸੋਚ ਆ ਗਈ ਉਹ ਜੂਆਂ ਬਣ ਕੇ ਅਤੇ ਇਹਨੂੰ ਸੌਣ ਨਹੀਂ ਦਿੰਦੀਆਂ, ਹੁਣ ਆਹ ਕਰ ਲਾਂਗੇ ਆਹ ਕਰ ਲਾਂਗੇ, ਮਗਰ ਨਰ ਚਾਹਤ ਕਛ ਔਰ, ਇਹ ਚਾਹੁੰਦਾ ਸੀ, ਨਹੀਂ ਨਹੀਂ ਇਹ ਚਾਹੁੰਦਾ ਸੀ ਵੀ ਇਹਦਾ ਆਹ ਲਿਆਵਾਂਗੇ, ਇਹਦਾ ਆਹ ਲਿਆਵਾਂਗੇ, ਇਹਦਾ ਆਹ ਲਿਆਵਾਂਗੇ, ਉਹਨੂੰ ਕੁਛ ਹੋਰ ਪਤਾ ਸੀ ਵੀ ਇਹਦਾ ਕੀ ਆਉਣਾ ਹੈ, ਆਖੋ ਵਾਹਿਗੁਰੂ, ਭਰਮੇ ਸਿੱਧ ਸਾਧਕ ਬ੍ਰਹਮੇਵਾ, ਭਰਮ ਭਰਮ ਮਨੁੱਖ ਡਹਿਕਾਏ, ਮਨੁੱਖ ਡੋਲਦੇ ਰਹੇ ਭਰਮ 'ਚ ਪੈ ਕੇ, ਮਗਰ ਅੱਗੇ ਸ਼ਬਦ ਇੱਕ ਬੜਾ ਪਿਆਰਾ ਹੈ, ਦੁੱਤਰ ਦੁੱਤਰ ਬੋਲੋ, ਇੱਕ ਤਰ ਇੱਕ ਲੱਭ ਇੱਕ ਦੁਲੱਭ, ਸ਼ਬਦ ਵੇਖੋ ਕਿੰਨੇ ਸੋਹਣੇ ਆ, ਲੱਭ ਦਾ ਮਤਲਬ ਜਿਹੜੀ ਚੀਜ਼ ਲੱਭ ਜਾਊਗੀ, ਦਿੱਲੀ ਜੇ ਇੱਥੋਂ ਨਹੀਂ ਲੱਭੀ ਕਨਾਟ ਪਲੇਸ ਤੋਂ ਲੱਭ ਜਾਊ, ਕਨਾਟ ਪਲੇਸ ਨਹੀਂ ਕਰੋਲ ਬਾਗ ਤੋਂ, ਉਹ ਸ਼ਬਦ ਹੈ ਲੱਭ, ਉਹਦੇ ਅੱਗੇ ਜੇ ਦੱਦੇ ਦੇ ਅੰਕਲ ਲਾ ਲਈਏ ਤਾਂ ਉਹ ਬਣ ਜਾਂਦੀ ਜਿਹੜੀ ਚੀਜ਼ ਨਹੀਂ ਲੱਭਦੀ, ਇੱਥੇ ਦੁੱਤਰ ਸ਼ਬਦ ਆਇਆ, ਆਖੋ ਵਾਹਿਗੁਰੂ, ਗੱਜ ਕੇ ਬੋਲੋ, ਦੁੱਤਰ
ਦੁੱਤਰ ਦਾ ਮਤਲਬ, ਇੱਕ ਤਰ ਦਾ ਮਤਲਬ ਤਰਿਆ ਜਾਣ ਵਾਲਾ, ਦੁੱਤਰ ਜਿਹੜਾ ਨਾ ਤਰਿਆ ਜਾਣ ਵਾਲਾ। ਮਾਲਕ ਪਾਤਸ਼ਾਹ ਕਹਿੰਦੇ ਕਿਉਂ ਨਾ ਲੋਕੀ ਡੋਲਣ, ਦੁੱਤਰ ਮਹਾਂ ਬਿਖਮ ਏ ਮਾਏ, ਦੁੱਤਰ ਮਹਾਂ ਬਿਖਮ ਏ। ਇਹ ਮਾਇਆ ਦਾ ਜਿਹੜਾ ਸਮੁੰਦਰ ਆ, ਇਹ ਮਾਇਆ ਦਾ ਜਿਹੜਾ ਦਰਿਆ ਏ, ਇਹ ਉਹ ਦਰਿਆ ਏ ਜਿਹੜਾ ਤਰਿਆ ਨਹੀਂ ਜਾਂਦਾ, ਸਾਰੇ ਹੀ ਡੁੱਬ ਡੁੱਬ ਕੇ ਮਰੇ। ਆ ਜਿੰਨੇ ਲੋਕੀ ਇੱਧਰ ਉੱਧਰ ਭੱਜੇ ਫਿਰਦੇ ਨੇ ਨਾ, ਆਖੋ ਵਾਹਿਗੁਰੂ, ਇਹਦਾ ਦਰ ਛੱਡ ਕੇ, ਮਾਲਕ ਦਾ ਦਰ ਛੱਡ ਕੇ, ਕੋਈ ਕਿਤੇ ਭੱਜਾ ਫਿਰਦਾ, ਕੋਈ ਕਿਤੇ ਭੱਜਾ ਫਿਰਦਾ, ਇਹ ਸਾਰੇ ਉਸ ਮਾਇਆ ਦੇ ਸਮੁੰਦਰ 'ਚ ਡੁੱਬੇ ਨੇ। ਆਖੋ ਵਾਹਿਗੁਰੂ। ਕੋਈ ਦੁਨਿਆਵੀ ਬਾਦਸ਼ਾਹ ਤੁਹਾਨੂੰ ਇਹ ਅਸੀਸ ਨਹੀਂ ਦੇ ਸਕਦਾ, ਉਤਾ ਇਹ ਕਹਿ ਦੂਗਾ ਕੋਈ ਗੱਲ ਨਹੀਂ ਭਾਈ ਸਾਹਿਬ, ਤੁਸੀਂ ਸਾਡੀ ਸ਼ਰਨ ਵਿੱਚ ਆਣ ਕੇ ਬਹਿ ਗਏ ਹੋ, ਅਤੇ ਤੁਹਾਨੂੰ ਅਸੀਂ ਕੋਲੇ ਦਾ ਡੀਪੂ ਦੇ ਦਿੰਦੇ। ਨਹੀਂ ਪਤਾ ਲੱਗਾ ਕੀ ਕੋਲੇ ਦਾ ਡੀਪੂ ਦੇ ਦਿੰਦੇ ਹਾਂ, ਮਗਰ ਉਹ ਕੋਲੇ ਦਾ ਡੀਪੂ ਲੈਣ ਲੱਗਾ ਭੁੱਲ ਗਿਆ ਕੋਲਿਆਂ ਦੀ ਦਲਾਲੀ 'ਚ। ਮੂੰਹ ਕਾਲਾ ਹੁੰਦਾ, ਹੱਥ ਕਾਲੇ ਹੋਏ ਤਾਂ ਉਹ ਕਦੀ ਨਾ ਕਦੀ ਤੇ ਇਤਨਾ ਲੱਗ ਜਾਣੇ। ਦੁਨੀਆ ਦੇ ਲੋਕੋ ਇਸ ਦਰ ਨੂੰ ਛੱਡ ਕੇ ਕਿਤੇ ਨਾ ਜਾਇਓ। ਸੋ ਦਰ ਕੈਸੇ, ਜੋ ਦਰ ਐਸਾ ਹੋਏ, ਉਹ ਦਰ ਕਿ ਤਰ੍ਹਾਂ ਦਾ ਜਿੱਥੇ ਹਿੰਦੂ 'ਤੇ ਜਾ ਸਕੇ, ਮੁਸਲਮਾਨ ਨਾ ਜਾ ਸਕੇ, ਉਹ ਦਰ ਕਿ ਤਰ੍ਹਾਂ ਦਾ ਹੋਊਗਾ ਜਿੱਥੇ ਸਿੱਖ 'ਤੇ ਜਾ ਸਕੇ, ਦੂਸਰਾ ਨਾ ਜਾ ਸਕੇ। ਆਹ ਬਾਬੇ ਨਾਨਕ ਦਾ ਘਰ ਆ, ਇਸ ਨੂੰ ਛੱਡ ਕੇ ਲੋਕੋ ਕਿਤੇ ਨਾ ਜਾਇਓ। ਇੱਥੇ ਭਾਵੇਂ ਈਸਾਈ ਆਵੇ, ਉਹ ਵੀ ਲੰਗਰ ਛਕੇ ਬੇਕੇ ਨਾਲ ਹੀ ਬੇਕੇ ਛਕੇ। ਆਖੋ ਵਾਹਿਗੁਰੂ। ਹਿੰਦੂ ਆਵੇ, ਬਾਦਸ਼ਾਹ ਆਵੇ, ਫਕੀਰ ਆਵੇ, ਸਾਰੇ ਇਕੱਠੇ ਵਿਕੇ ਲੰਗਰ ਛਕਦੇ। ਇਸ ਦਰ ਨੂੰ ਛੱਡ ਕੇ ਜਿਹੜੇ ਲੋਕ ਚਲੇ ਗਏ ਨੇ, ਉਹਨਾਂ ਦਾ ਭਲਾ ਕਿੱਥੇ ਹੋਣਾ ਹੈ? ਸਾਡਾ ਧਰਮ ਤਾਂ ਸੀ ਮੇਰਾ ਪ੍ਰਚਾਰਕ ਦਾ ਕਿਸੇ ਵੀ ਦਾ ਵੀ, ਸਗੋਂ ਲੋਕਾਂ ਨੂੰ ਜੋੜ ਕੇ ਅਤੇ ਉੱਧਰੋਂ ਤੋੜ ਕੇ, ਲੋਕਾਂ ਦੁਨਿਆਵੀ ਬਾਦਸ਼ਾਹ ਨਾਲੋਂ, ਦੁਨਿਆਵੀ ਸ਼ਾਹਾਂ ਕੋਲੋਂ, ਦੁਨਿਆਵੀ ਮਾਇਆ ਕੋਲੋਂ ਤੋੜ ਕੇ ਇਸ ਸ਼ਹਿਨਸ਼ਾਹ ਕੋਲ ਲਿਆਉਣਾ ਸਾਡਾ ਧਰਮ ਸੀ। ਆਖੋ ਵਾਹਿਗੁਰੂ। ਦੁੱਤਰ ਮਹਾਂ ਬਿਖਮ ਏ ਮਾਏ, ਗੁਰਮੁਖ ਭਰਮ ਭੈ ਮੋਹ ਮਟਾਇਆ। ਗੁਰੂ ਦੀ ਸ਼ਰਨ ਵਿੱਚ ਜਾ ਕੇ, ਗੁਰੂ ਦੇ ਸਨਮੁਖ ਹੋ ਕੇ ਜਿਹੜਾ ਸਿੱਖ ਬਹਿ ਗਿਆ, ਉਹਨੇ ਉਹ ਭਰਮ ਭੈ ਮੋਹ ਮਟਾਇਆ। ਨਹੀਂ ਪਤਾ ਲੱਗ ਰਿਹਾ? ਇੱਕ ਵਾਰ ਬੋਲ ਲਓ, ਸੁਸਤੀ ਲਾ ਜਾਏ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਤੀ ਵੀ ਮਜਨੂੰ ਢਿੱਲ ਨਾਨਕ ਪਿਓ ਸਾਹਿਬ ਇੱਕ ਬਚਨ ਸੁਣਾਇਆ ਸੀ, ਸੁਣਿਆ ਕਿ ਦਿੱਲੀ ਦਾ ਬਾਦਸ਼ਾਹ ਮਜਨੂੰ ਢਿੱਲੇ ਆਇਆ, ਦਿੱਲੀ ਦਾ ਬਾਦਸ਼ਾਹ ਮਿਲਣ ਆਇਆ ਗੁਰੂ ਹਰਗੋਬਿੰਦ ਸਾਹਿਬ ਨੂੰ। ਕਿਹਨੂੰ ਜੀ? ਇੱਥੇ ਵੇਖ ਲਓ ਹੁਣ ਉਲਟਾ ਫੇਰ ਹੋਣ ਲੱਗ ਪਿਆ। ਦਿੱਲੀ ਦੇ ਬਾਦਸ਼ਾਹ ਨੂੰ ਮਿਲਣ ਤੁਰੇ ਜਾ ਰਿਹਾ ਸੀ। ਦਿੱਲੀ ਦਾ ਬਾਦਸ਼ਾਹ ਕਦੀ ਗੁਰੂ ਨਾਨਕ ਦੇ ਘਰ 'ਚ ਆਇਆ ਚੱਲ ਕੇ? ਗਿਆਨੀ ਜੀ ਕਿੱਧਰ ਭੱਜ ਗਏ? ਆਖੋ ਵਾਹਿਗੁਰੂ। ਕਿਸੇ ਨੇ ਆਖਿਆ, ਓਏ ਤੂੰ ਕਿੱਧਰ ਆਉਂਦਾ? ਮੈਂ ਟਕਾ, ਇੱਕ ਟਕਾ ਘਾਹ ਖੋਦ ਕੇ ਅਤੇ ਮੈਂ ਪ੍ਰਾਪਤ ਕੀਤਾ। ਆਉਂਦਾ ਕਰੇਗਾ ਕੀ? ਕਹਿੰਦਾ ਬੱਚਿਆਂ ਲਈ ਰੋਟੀ ਲਿਆਉਂ। ਸਿੱਖ ਕਹਿੰਦਾ ਬੱਚਿਆਂ ਲਈ
ਉਹਨੇ ਕਿਹਾ ਸਾਰੀ ਉਮਰ ਬੱਚਿਆਂ ਨੂੰ ਰੋਟੀ ਖਵਾਉਂਦਾ ਹੀ ਰਹਿ ਜਾਏਗਾ, ਅੱਜ ਵੱਡ ਜੋਧਾ ਪਰਉਪਕਾਰੀ ਸ਼ਹਿਨਸ਼ਾਹ ਮੈਨੂੰ ਟਿੱਲੇ ਆਏ ਨੇ, ਜਾ ਜਾ ਨਾ ਕੇ ਦਰਸ਼ਨ ਕਰ ਅਤੇ ਨਾਲੇ ਸਤਿਗੁਰੂ ਕੋਲ ਸੀਸਾਂ ਲੈ। ਉਹ ਜਿਹੜਾ ਟਕਾ ਸੀ ਨਾ ਬੱਚਿਆਂ ਲਈ, ਉਸ ਟਕੇ ਨੂੰ ਜਮੁਨਾ ਨਦੀ ਵਿੱਚ ਕਈ ਵਾਰ ਧੋਤਾ, ਭੇਟਾ ਦੇਣੀ ਗੁਰੂ ਨੂੰ, ਆਖੋ ਵਾਹਿਗੁਰੂ, ਕਈ ਵਾਰ ਧੋਤਾ, ਕਈ ਵਾਰ ਰੇਤ ਵਿੱਚ ਮਲਿਆ ਵੀ ਮੇਰੇ ਗੁਰੂ ਦੇ ਅੱਗੇ ਕਿਤੇ ਤੰਬਾਕੂ ਵਾਲਾ ਕੋਈ ਦੂਸਰਾ ਹੱਥ ਨਾ ਲੱਗਾ ਹੋਵੇ, ਮੈਂ ਜਾ ਕੇ ਭੇਟਾ ਚੜ੍ਹਾਉਣੀ, ਟਕਾ ਲੈ ਕੇ ਆਇਆ। ਜਦੋਂ ਮਜਨੂੰ ਢਿੱਲੇ ਸਾਹਿਬ ਆਇਆ ਤਾਂ ਦੋ ਤੰਬੂ ਲੱਗੇ ਸੀ, ਸੁਣਿਓ ਸ਼ਬਦ ਪੂਰਾ ਹੋ ਗਿਆ, ਆਖੋ ਵਾਹਿਗੁਰੂ, ਉੱਚੀ ਬੋਲੋ। ਉੱਥੇ ਤੰਬੂ ਲੱਗੇ ਸੀ ਦੋ, ਇੱਕ ਬਾਦਸ਼ਾਹ ਦਾ ਇੱਕ ਪਾਤਸ਼ਾਹ ਦਾ, ਬੋਲੋ ਭਲਾ। ਇਹ ਹੁਣ ਵਪਾਰੀ ਕਿਹਦਾ ਸੀ? ਪਾਤਸ਼ਾਹ ਦਾ। ਇਹਨੂੰ ਨਾ ਪਤਾ, ਇਹਨੇ ਕਦੀ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖਿਆ ਨਹੀਂ ਸੀ, ਇਹਨੇ ਵੇਖਿਆ ਬਾਦਸ਼ਾਹ ਵਾਲੇ ਤੰਬੂ ਵਿੱਚ ਕੋਈ ਇਸ ਤਰ੍ਹਾਂ ਬੈਠਾ, ਤਲਵਾਰਾਂ ਉਹਦੇ ਗਲ 'ਚ ਵੀ ਨੇ, ਕਲਗੀ ਉਹਦੇ ਸਿਰ 'ਤੇ ਵੀ ਆ, ਜਾਹੋ ਜਲਾਲ ਉਹਦੇ ਸਿਰ 'ਤੇ ਵੀ, ਮੂੰਹ ਦੇ ਉੱਤੇ ਵੀ ਆ, ਮਗਰ ਉਹ ਅਗਲੇ ਤੰਬੂ 'ਚ ਜਾਣ ਦੀ ਜਗ੍ਹਾ 'ਤੇ ਬਾਦਸ਼ਾਹ ਦੇ ਤੰਬੂ 'ਚ ਵੜ ਗਿਆ ਟਕਾ ਲੈ ਕੇ। ਆ ਸੁਣਿਓ, ਗੁਰੂ ਕੇ ਗੁਰਮੁਖ ਭਰਮ ਪੈ ਮੋਹ ਮਟਾਇਆ। ਜਿਹੜੀਆਂ ਗੁਰਮੁਖ ਗੁਰੂ ਦੀ ਸ਼ਰਨ ਵਿੱਚ ਰੂਹਾਂ ਹੁੰਦੀਆਂ ਨਾ, ਉਹ ਦੁਨਿਆਵੀ ਲਾਲਚਾਂ 'ਚ ਨਹੀਂ ਜਾਂਦੀਆਂ। ਉਹ ਟਕਾ ਰੱਖਤਾ ਅਤੇ ਬਾਦਸ਼ਾਹ ਨੇ ਹੱਥ ਵੇਖ ਕੇ ਆਖਿਆ, ਭਾਈ ਇਹ ਟਕਾ ਦੇ ਕੇ ਕੀ ਮੰਗਦਾ ਹੈ? ਕਹਿੰਦਾ ਜੰਮਣ ਮਰਨ ਨੂੰ ਵਾਰ ਦਿਓ। ਅਤੇ ਬਾਦਸ਼ਾਹ ਨੇ ਸੋਚਿਆ, ਓਹੋ, ਇਹ ਦੂਸਰੇ ਤੰਬੂ ਦਾ ਗਾਹਕ ਇੱਧਰ ਆਉਣ ਵੜਿਆ ਹੈ, ਹੁਣ ਤਾਂ ਨਾ ਬਾਦਸ਼ਾਹ ਨੂੰ ਸੋਝੀ ਨਾ ਜਾਣ ਵਾਲਿਆਂ ਨੂੰ ਸੋਝੀ। ਆਖੋ ਵਾਹਿਗੁਰੂ, ਕਿੱਥੇ ਸੀਸਗੰਜ ਸਾਹਿਬ, ਕਿੱਥੇ ਬੰਗਲਾ ਸਾਹਿਬ, ਕਿੱਥੇ ਦੂਸਰੀ ਥਾਂ, ਇਹ ਇੱਧਰ ਆ ਗਿਆ, ਗਲਤੀ ਨਾ ਆ ਗਿਆ। ਉਹਨੇ ਆਖਿਆ, ਸੱਜਣਾ ਜਿਹੜੀ ਚੀਜ਼ ਤੂੰ ਮੇਰੇ ਕੋਲੋਂ ਮੰਗਦਾ ਨਾ ਜੰਮਣ ਮਰਨ ਨਿਵਾਰ ਦੀ, ਉਹ ਦੂਸਰੇ ਤੰਬੂ 'ਚ ਦਵਾਈ ਮਿਲਦੀ। ਅਤੇ ਬਾਦਸ਼ਾਹ ਅੱਗੇ ਰੱਖ ਕੇ ਟਕਾ ਜਦੋਂ ਸਿੱਖ ਨੇ ਚੁੱਕਿਆ ਨਾ, ਅਤੇ ਦਿੱਲੀ ਦੇ ਬਾਦਸ਼ਾਹ ਨੇ ਹੱਥ ਜੋੜੇ, ਸਿੱਖਾ ਇਹਦੇ 'ਚ ਮੇਰੀ ਤੁਹੀਨ ਹੈ, ਇਹਦੀ ਜਗ੍ਹਾ 'ਤੇ ਜਿੰਨੀ ਮਰਜ਼ੀ ਖਜ਼ਾਨੇ 'ਚੋਂ ਮਾਇਆ ਲੈ ਲਾ, ਮਗਰ ਮੇਰੇ ਅੱਗੇ ਭੇਟਾ ਰੱਖ ਕੇ ਇੱਥੋਂ ਚੁੱਕ ਨਾ। ਉਹਨੇ ਆਖਿਆ, ਨਾ, ਤੇਰੇ ਖਜ਼ਾਨੇ ਦੇ ਵਿੱਚ ਜਿਹੜੀ ਮਾਇਆ ਉਹ ਦਸਾਂ ਨਵਾਂ ਦੀ ਨਹੀਂ ਗੀ, ਇਹ ਮੈਂ ਘਾਹ ਖੋਦ ਕੇ ਲਿਆਇਆ ਟਕਾ, ਅਤੇ ਇਹ ਮੈਂ ਰੱਖਣਾ, ਜਿਸ ਕੀ ਬਸਤ, ਇਹ ਉਹਦੀ ਵਸਤੂ ਆ, ਉਹਦੇ ਚਰਨਾਂ 'ਚ ਰੱਖਣੀ। ਚੁੱਕ ਲਿਆ, ਉੱਥੋਂ ਚੁੱਕ ਕੇ ਟਕਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੇ ਤੰਬੂ 'ਚ ਗਿਆ, ਅਤੇ ਸਾਹਿਬ ਜੀ ਸੁਣ ਨਹੀਂ ਰਹੇ ਸੀ, ਨਾਲ ਤੰਬੂ ਦੇ ਵਿੱਚ ਗੱਲਾਂ ਹੁੰਦੀਆਂ, ਇਤਰਾਂ ਬਾਹਾਂ ਕਰਤੀਆਂ ਗੁਰੂ ਹਰਗੋਬਿੰਦ ਸਾਹਿਬ ਨੇ, ਸਿੱਖਾ ਬਾਦਸ਼ਾਹੀ ਦੇ ਉੱਤੇ ਲੱਤ ਰੱਖ ਕੇ ਮੇਰੇ ਕੋਲ ਆਉਣ ਵਾਲਿਆ ਮੇਰੇ ਗਲ ਨਾਲ ਲੱਗ ਜਾ, ਤੂੰ ਪ੍ਰਵਾਨ ਹੋ ਗਿਆ। ਗੁਰੂ ਕਿਹਾ, ਸਿੱਖਾ ਗੁਰੂ ਦੀ ਮਹਿਮਾ ਨੂੰ ਜਾਣ, ਤੇਰਾ ਇੱਕ ਸਿਰ ਵੀ ਅਤੇ ਤੇਰੀ ਭੇਟਾ ਵੀ ਗੁਰੂ ਲਈ ਆ। ਆਖੋ ਵਾਹਿਗੁਰੂ, ਗੁਰਮੁਖ ਭਰਮ ਭੈ ਮੋਹ ਮਟਾਇਆ, ਜਿਹਨੇ ਭਰਮ ਭੋ ਮਟਾ ਲਿਆ, ਨਾਨਕ ਤੇ ਪਰਮ ਸੁਖ ਪਾਇਆ, ਬੋਲੋ ਨਾਨਕ ਤੇ ਦਾ ਮਤਲਬ ਤਿਸ ਇਨਸਾਨ ਨੇ ਪਰਮ ਸੁਖ ਦੀ ਪ੍ਰਾਪਤੀ ਕਰ ਲਈ ਜਿਹਨੇ ਆਪਣੇ ਅੰਦਰੋਂ ਭਰਮ ਵੀ ਮੋਹ ਵੀ ਅਤੇ ਭੈ ਵੀ ਮਟਾ ਲਿਆ। ਗੁਰੂ ਰਹਿਮਤਾਂ ਕਰੇ ਸਿੱਖ ਦੀ ਜ਼ਿੰਦਗੀ ਇਸ ਤਰ੍ਹਾਂ ਦੀ ਹੋਵੇ, ਇਹਦਾ ਸਿਰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਅੱਗੇ ਨਿਉਵੇਂ ਨਾ। ਸਤਿਕਾਰ ਸਾਰਿਆਂ ਦਾ ਕਰੇ, ਆਖੋ ਵਾਹਿਗੁਰੂ, ਸਤਿਕਾਰ ਕਿ ਸਾਰਿਆਂ ਦੇ ਵਿੱਚ ਹੀ ਉਹਦੀ ਜੋਤ ਜਗਦੀ, ਮਗਰ ਆਪਣਾ ਸਿਰੇ ਦਾ
ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਅੱਗੇ ਨਿਵੇਂ ਅੰਮ੍ਰਿਤ ਦਾ ਬਾਟਾ ਤਿਆਰ 27 ਤਰੀਕ ਨੂੰ ਵਿਸ਼ਨੂੰ ਗਾਰਡਨ ਗੁਰਦੁਆਰੇ ਭੱਠਾ ਸਾਹਿਬ ਵਿੱਚ ਤਿਆਰ ਹੋਣਾ ਹੈ। ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤ ਦਾ ਅਭਲਾਖੀਆਂ ਦੇ ਨਾਮ ਆਏ ਨੇ। ਤੁਹਾਡੇ ਵਿੱਚੋਂ ਕਿਸੇ ਨੇ ਅੰਮ੍ਰਿਤ ਦੀ ਦਾਤ ਲੈਣੀ ਹੋਵੇ ਉੱਥੇ ਸਵੇਰੇ 10 ਵਜੇ ਭੱਠਾ ਸਾਹਿਬ ਗੁਰਦੁਆਰਾ ਵਿਸ਼ਨੂੰ ਗਾਰਡਨ ਆਪ ਜੀ ਸਤਿਗੁਰੂ ਦੇ ਅੰਮ੍ਰਿਤ ਦੀ ਦਾਤ ਲੈ ਸਕਦੇ ਹੋ। ਕੱਲ੍ਹ ਤੋਂ 2 ਦਿਨ ਬੰਗਲਾ ਸਾਹਿਬ ਗੁਰਦੁਆਰੇ ਕਥਾ ਵਾ, ਉੱਥੇ ਵੀ ਸਰਵਣ ਕਰਿਓ। ਸਤਿਗੁਰੂ ਕਿਰਪਾ ਕਰੇ, ਕਕਾਰ ਫਰੀ ਦਿੱਤੇ ਜਾ ਰਹੇ ਨੇ। ਆਓ ਕੌਮ ਦੀ ਚੜ੍ਹਦੀ ਕਲਾ ਲਈ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ। ਰਾਤ ਨੂੰ ਨਾਨਕ ਪਿਓ ਸਾਹਿਬ 3 ਦਿਨ ਅਜੇ ਅੱਜ ਦੀ ਰਾਤ ਅਤੇ 2 ਰਾਤਾਂ ਹੋਰ ਸਤਿਗੁਰੂ ਦੇ ਜਾਪ ਸਾਹਿਬ ਦੀ ਕਥਾ ਦੀ ਚੱਲ ਰਹੀ ਆ, ਆਪ ਜੀ ਉੱਥੇ ਵੀ ਹਾਜ਼ਰੀ ਭਰੋ। ਅਸੀਸਾਂ ਲਓ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਕੋਲੋਂ, ਵੇ ਪੁੱਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ, ਇਹ ਅਸੀਸ ਲਿਆ ਕਰੋ, ਇਹ ਨਾ ਅਸੀਸ ਲਿਆ ਕਰੋ ਮੈਂ ਅਮੀਰ ਬਣ ਜਾਂ। ਅਮੀਰੀ ਆਪੇ ਹੀ ਆ ਜਾਣੀ ਆ ਜਦੋਂ ਨਾਮ ਆ ਗਿਆ। ਸਤਿਗੁਰੂ ਤੁਹਾਡਾ ਸਾਰਿਆਂ ਦਾ ਭਲਾ ਕਰੇ, ਉੱਚਾ ਸੁੱਚਾ ਜੀਵਨ ਬਖਸ਼ੇ। ਆ ਜਿੰਨੀ ਮਾਇਆ ਤੁਸੀਂ ਦਿੰਦੇ ਹੋ ਕਾਰ ਸੇਵਾ ਵਾਲੇ ਬਾਬਿਆਂ ਨੂੰ, ਅਸੀਂ ਤਾਂ ਲੈਂਦੇ ਨਹੀਂ, ਗੁਰੂ ਸਾਹਿਬ ਦੀ ਅਸੀਸ ਆ, ਰੱਜੇ ਪਏ ਹਾਂ, ਰਜਾ ਦਿੱਤਾ ਮੇਰੇ ਮਾਲਕ ਨੇ ਸਾਨੂੰ। ਇਸ ਕਰਕੇ ਜਿੰਨੀ ਮਾਇਆ ਹੈ, ਬੰਗਲਾ ਸਾਹਿਬ ਦੀ ਵੀ ਕਾਰ ਸੇਵਾ 'ਚ ਜਾਂਦੀ, ਇੱਥੋਂ ਦੀ ਵੀ, ਮੇਰਾ ਸਤਿਗੁਰੂ ਅਸੀਸ ਮੈਨੂੰ ਦਿਓ, ਮੇਰਾ ਮਨ ਨਾ ਡੋਲੇ, ਗੁਰੂ ਪੰਥ ਦੀ ਸੇਵਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।